ਅਸੀਂ ਸਵਾਗਤ ਕਰ ਰਹੇ ਹਾਂ ਸਰ ਤੁਹਾਡਾ ਬਹੁਤ ਬਹੁਤ ਡੇਲੀ ਡੋਸ ਦੇ ਵਿੱਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਅੱਛਾ ਸਰ, ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਸਭ ਤੋਂ ਮੂਲ ਅਧਿਕਾਰ ਹੈਗਾ ਉਹ ਹੈਗਾ ਆ ਸਾਡਾ ਜਿਉਣ ਦਾ ਅਧਿਕਾਰ, ਹੈ ਨਾ। ਬਟ ਜਿਉਣ ਦੇ ਅਧਿਕਾਰ ਦੇ ਨਾਲ ਨਾਲ ਸਰਵਾਈਵਲ ਦਾ ਅਧਿਕਾਰ ਜਿਹੜਾ ਉਹ ਵੀ ਉਨਾ ਹੀ ਇੰਪੋਰਟੈਂਟ ਆ। ਬਟ ਜਦੋਂ ਐਨ ਆਰ ਆਈਜ਼ ਦੀ ਗੱਲ ਕਰਦੇ ਹਾਂ ਤਾਂ ਪ੍ਰੋਪਰਟੀ ਦੇ ਨਾਲ ਰਿਲੇਸ਼ਨ ਦੇ ਵਿੱਚ ਗੱਲ ਕਰੀਏ ਤਾਂ ਕੀ ਸਾਡੀ ਪ੍ਰੋਪਰਟੀ ਵੀ ਐਨ ਆਰ ਆਈਜ਼ ਦੇ ਰੈਫਰੈਂਸ ਦੇ ਵਿੱਚ ਉਹਨਾਂ ਦੇ ਕੋਈ ਫੰਡਾਮੈਂਟਲ ਰਾਈਟਸ ਹੈ ਜਿਹਦੇ ਸਰਵਾਈਵਲ ਦੇ ਲਈ ਅਸੀਂ ਗੱਲ ਕਰਦੇ ਹਾਂ? ਬਿਲਕੁਲ ਬਿਲਕੁਲ ਜੀ, ਐਨ ਆਰ ਆਈਜ਼ ਤੇ ਪ੍ਰੋਪਰਟੀ ਨੂੰ ਲੈ ਕੇ ਐਨ ਆਰ ਆਈਜ਼ ਤੇ ਇੰਡੀਅਨ ਸਿਟੀਜ਼ਨਸ ਵਿੱਚ ਕੋਈ ਡਿਫਰੈਂਸ ਨਹੀਂ ਕੀਤਾ ਜਾਂਦਾ। ਕੋਰਟ ਟ੍ਰੀਟ ਦਮ ਐਬਸੋਲੂਟਲੀ ਇਨਇਕੁਇਵਲੈਂਟ ਵਿਦ ਦੀ ਇੰਡੀਅਨ ਸਿਟੀਜ਼ਨਸ ਤੇ ਉਹਨਾਂ ਦੀ ਰਾਈਟ ਟੂ ਪ੍ਰੋਪਰਟੀ ਇਜ਼ ਆਲਸੋ ਅ ਫੰਡਾਮੈਂਟਲ ਰਾਈਟ ਤੇ ਉਹਨਾਂ ਨੂੰ ਬਿਲਕੁਲ ਇਕੁਅਲ ਟ੍ਰੀਟ ਕੀਤਾ ਜਾਂਦਾ, ਉਹਦੇ ਵਿੱਚ ਕੋਈ ਡਿਫਰੈਂਸ ਨਹੀਂ ਕੀਤਾ ਜਾਏਗਾ ਜੇ ਕੋਈ ਬਾਹਰ ਰਹਿ ਰਿਹਾ ਹੈ ਫੋਰਨਰ ਵੀ ਹੈਗਾ ਤੇ। ਜੀ 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 ਜੀ। ਔਰ ਕਿਸ ਤਰ੍ਹਾਂ ਦੇ ਜਿਹੜੇ ਰਾਈਟਸ ਨੇ ਪ੍ਰੋਪਰਟੀ ਦੇ ਨਾਲ ਰਿਲੇਟਡ ਜਿਹੜੇ ਐਨ ਆਰ ਆਈਜ਼ ਦੇ ਕੋਲ ਉਹ ਹੈਗੇ ਨੇ ਇੱਥੇ ਦੇ ਨਾਲ, ਇੱਥੇ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ? ਬਿਲਕੁਲ ਸੇਮ ਰਾਈਟਸ ਹੈਗੇ ਜੀ, ਕੋਈ ਡਿਫਰੈਂਸ ਨਹੀਂ ਹੈਗਾ। ਜੇ ਕੋਈ ਇੰਡੀਆ ਵਿੱਚ ਰਹਿ ਰਿਹਾ ਹੈ ਜਾਂ ਬਾਹਰ ਰਹਿ ਰਿਹਾ ਉਹਦੇ ਨਾਲ ਕੋਈ ਫਰਕ ਨਹੀਂ। ਇਨਹੈਰੀਟੈਂਸ ਤੇ ਉਹ ਐਕਵਾਇਰ ਕਰ ਸਕਦੇ ਨੇ ਪ੍ਰੋਪਰਟੀ, ਸਿਰਫ ਟੈਕਸ ਰਿਲੇਟਡ ਕੋਈ ਇੰਪਲੀਕੇਸ਼ਨਸ ਆ ਜਾਂਦੀਆਂ ਨੇ ਕਿ ਜਦ ਫੰਡਸ ਨੂੰ ਜੇ ਕੋਈ ਉਹ ਸੇਲ ਆਊਟ ਕਰਦੇ ਨੇ ਤੇ ਬਾਹਰ ਉਹਨਾਂ ਨੂੰ ਮੂਵ ਕਰਨੇ ਨੇ ਫੰਡਸ ਤਾਂ ਟੈਕਸ ਰਿਲੇਟਡ ਇੰਪਲੀਕੇਸ਼ਨਸ ਆ ਰਹੀ, ਅਦਰਵਾਈਜ਼ ਕੋਈ ਡਿਫਰੈਂਸ ਨਹੀਂ ਹੈਗਾ ਜੇ ਕੋਈ ਇੰਡੀਆ ਵਿੱਚ ਰਹਿ ਕੇ ਪ੍ਰੋਪਰਟੀ ਦੇ ਰਾਈਟਸ ਐਕਸੈਸ ਕਰ ਰਿਹਾ ਜਾਂ ਬਾਹਰ ਰਹਿ ਕੇ ਕਰ ਰਿਹਾ। ਜੀ, ਤੁਸੀਂ ਟੈਕਸ ਦੀ ਗੱਲ ਕੀਤੀ, ਪ੍ਰੋਪਰਟੀ ਨੂੰ ਸੈਲ ਕਰਨ ਦੀ ਗੱਲ ਕੀਤੀ ਸਰ। ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੁੰਦੀ ਹੈ ਨਾ ਉਹ ਹੁੰਦੀ ਹੈ ਜਦੋਂ ਇੱਧਰ ਕਿਸੇ ਨੇ ਕਿਸੇ ਐਨਆਰਆਈ ਨੇ ਆਪਣੀ ਪ੍ਰੋਪਰਟੀ ਜਿਹੜੀ ਹੈ ਉਹ ਸੇਲ ਕੀਤੀ ਹੈ ਔਰ ਜਿੰਨਾ ਉਹਨਾਂ ਨੇ ਮੁੱਲ ਮੰਗਿਆ ਉਹ ਸਾਰਾ ਜਿਹੜਾ ਆ ਉਹਨਾਂ ਨੂੰ ਤਾਂ ਹੀ ਮਿਲ ਸਕਦਾ ਹੈ ਜੇ ਉਹ ਪੈਸਾ ਜਿਹੜਾ ਸਾਰਾ ਨੰਬਰ 1 ਦੇ ਵਿੱਚ ਸ਼ੋਅ ਕੀਤਾ ਜਾਵੇ। ਬਟ ਇਹ ਜਿਹੜਾ ਮੁੱਲ ਆ ਇਸ ਕਰਕੇ ਘੱਟ ਮਿਲਦਾ ਪ੍ਰੋਪਰਟੀ ਦਾ ਕਿਉਂਕਿ ਇੰਨਾ ਪੈਸਾ ਕੋਈ ਇਕੱਠਾ ਦੇਣਾ ਨਹੀਂ ਚਾਹੁੰਦਾ ਹੁੰਦਾ। ਉਹ ਇਸ ਕੇਸ ਦੇ ਵਿੱਚ ਕੀ ਸੋਲੂਸ਼ਨ ਤੁਸੀਂ ਸੁਜੈਸਟ ਕਰੋਗੇ? ਦੇਖੋ ਜੀ, ਦਿਸ ਇਜ਼ ਸਮਥਿੰਗ ਵੈਰੀ, ਇੰਡੀਆ ਵਿੱਚ ਬਲੈਕ ਮਾਰਕੀਟਿੰਗ ਜਿਹੜੀ ਚੀਜ਼ ਹੈ ਉਹ ਚੱਲ ਰਹੀ ਹੈਗੀ, ਪਰ ਡੈਫੀਨੇਟਲੀ ਇਹਦਾ ਕੋਈ ਸੋਲੂਸ਼ਨ ਨਹੀਂ। ਜੇ ਪਰ ਕਈ ਵਾਰ ਜਦ ਬਾਇਰਸ ਹੈਗੇ ਕਈ ਪ੍ਰੈਫਰ ਕਰਦੇ ਨੇ, ਕਈ ਵਾਰ ਇਹਨੂੰ ਐਨਆਰਆਈ ਨੂੰ ਸੇਲਰ ਨੂੰ ਐਨਆਰਆਈ ਬਾਇਰ ਵੀ ਮਿਲ ਜਾਂਦਾ ਹੂ ਬੇਸਿਕਲੀ ਇਜ਼ ਲੁਕਿੰਗ ਆਊਟ ਟੂ ਇਨਵੈਸਟ ਮਨੀ ਇਨ ਇੰਡੀਆ ਔਰ ਦਾ ਪ੍ਰੋਪਰਟੀ, ਤੇ ਉਸ ਟਾਈਮ ਉਹ ਵਾਈਟ ਦੀ ਪੇਮੈਂਟ ਕਰਨ ਲਈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਟੈਕਸ ਇੰਪਲੀਕੇਸ਼ਨ ਵੀ ਕਾਫੀ ਬਚ ਜਾਂਦੀ ਕਿਉਂਕਿ ਕੈਪੀਟਲ ਗੇਨ ਨਹੀਂ ਹੋਏਗਾ। ਜੀ ਜੀ ਜੀ। ਔਰ ਕੀ ਤੁਸੀਂ ਜਾਂ ਤੁਹਾਡੀ ਜਿਹੜੀ ਫਰਮ ਹੈਗੀ ਆ ਚਕੁਰਾਲ ਫਰਮ, ਇਹ ਹੈਲਪ ਕਰਦੀ ਹੈ ਇਨ ਕੇਸ ਕਿਸੇ ਨੂੰ ਚਾਹੀਦਾ ਹੋਵੇ ਕੋਈ ਜਿਹੜਾ ਐਨਆਰਆਈ ਇਨਵੈਸਟਰ ਚਾਹੀਦਾ ਹੋਵੇ? ਬਿਲਕੁਲ ਬਿਲਕੁਲ ਜੀ, ਸਾਡੇ ਪੈਨਲ ਤੇ ਚਾਰਟਰਡ ਅਕਾਊਂਟੈਂਟਸ ਵੀ ਹੈਗੇ, ਇਨਵੈਸਟਰਸ ਵੀ ਹੈਗੇ, ਫਾਈਨਾਂਸਰਸ ਵੀ ਹੈਗੇ। ਜੇ ਕਿਸੇ ਨੂੰ ਆਪਣੀ ਪ੍ਰੋਪਰਟੀ ਸੇਲ ਆਊਟ ਕਰਨ ਵਿੱਚ ਦਿੱਕਤ ਆ ਰਹੀ ਹੈ, ਉਹਦੇ ਟਾਈਟਲ ਤੋਂ ਲੈ ਕੇ ਪੂਰੇ ਫੰਡਸ ਟ੍ਰਾਂਸਫਰਿੰਗ ਤੱਕ ਪੂਰੀ ਅਸੀਂ ਹੈਲਪ ਕਰਦੇ ਹਾਂ, ਅਸਿਸਟ ਕਰਦੇ ਹਾਂ ਉਹਨਾਂ ਨੂੰ, ਏ ਟੂ ਜ਼ੀ ਪੂਰੀ ਹੈਲਪ ਮਿਲੇਗੀ ਜੀ। ਜੀ, ਟਾਈਟਲ ਦੇ ਨਾਲ ਜੇਕਰ ਗੱਲ ਕਰਿਆ ਕੀਤੀ ਜਾਵੇ ਤਾਂ ਇੱਧਰ ਬਹੁਤ ਵਾਰ ਐਵੇਂ ਵੀ ਹੁੰਦਾ ਕਿ ਕਈ ਜ਼ਮੀਨਾਂ ਜਿਹੜੀਆਂ ਨੇ ਕਬਜ਼ੇ ਦੇ ਹੇਠ ਆ ਜਾਂਦੀਆਂ ਨੇ। ਜਿਵੇਂ ਪਿੱਛੇ ਜੇ ਇੱਕ ਲਾਅ ਵੀ ਆਇਆ ਸੀ, ਆਈ ਥਿੰਕ 2020 ਦੇ ਵਿੱਚ ਹੀ ਆਇਆ ਫੈਬ ਦੇ ਵਿੱਚ, ਜਿਹਦੇ ਰਾਹੀਂ ਇਹ ਕਿਹਾ ਗਿਆ ਸੀ ਕਿ ਜੇਕਰ 12 ਸਾਲ ਤੋਂ ਵੱਧ ਕਿਸੇ ਦਾ ਕਬਜ਼ਾ ਹੋ ਗਿਆ ਤਾਂ ਫਿਰ ਜਿਹੜਾ ਇਨਸਾਨ ਉੱਥੇ ਰਹਿ ਰਿਹਾ ਉਹਦਾ ਹੀ ਹੱਕ ਜਿਹੜਾ ਉਹ ਸਮਝਿਆ ਜਾਏਗਾ। ਨਹੀਂ, ਉਹ ਲਾਅ ਆਫ ਐਡਵਰਸ ਪੋਜੀਸ਼ਨ ਹੁੰਦਾ ਹੈ ਜੀ, ਉਹਨੂੰ ਬੜਾ ਇੱਕ ਮਿਸ ਇੰਟਰਪ੍ਰੀਟ ਕਰਕੇ, ਐਕਚੁਅਲੀ ਛੋਟੀ ਜਿਹੀ ਇੱਕ ਨਿਊਜ਼ ਆਉਂਦੀ ਹੈ ਉਹਨੂੰ ਐਕਸੈਜਰੇਟ ਕੀਤਾ ਜਾਂਦਾ ਹੈ, ਐਦਾਂ ਦਾ ਕੁਝ ਨਹੀਂ ਹੈਗਾ। 12 ਸਾਲ ਹੁੰਦਾ ਕੋਈ ਅਨਓਬਜੈਕਟਿਡ ਕਬਜ਼ਾ ਹੋਏ ਤੇ, ਉਹਦੇ ਵਿੱਚ ਵੀ ਕਾਫੀ ਲੂਪ ਹੋਲਸ ਹੈਗੇ ਕਿ ਬਈ ਬਾਅਦ ਵਿੱਚ ਸਾਨੂੰ ਨੌਲੇਜ ਆਈ ਜੇ ਮੰਨ ਲਓ ਸਾਡੀ ਪ੍ਰੋਪਰਟੀ ਤੇ ਕੋਈ ਬੈਠਾ ਹੋਇਆ 12 ਸਾਲ ਤੋਂ ਪਰ ਸਾਨੂੰ ਪਤਾ ਹੀ ਹੁਣ ਲੱਗਿਆ ਕਿ ਪ੍ਰੋਪਰਟੀ ਉਹ ਸਾਡੀ ਹੈਗੀ ਤੇ ਉਹਦੇ ਵਿੱਚ 12 ਸਾਲ ਦੀ ਲਿਮਿਟੇਸ਼ਨ ਨਹੀਂ ਹੈਗੀ, ਤੁਹਾਨੂੰ ਜਦ ਪਤਾ ਲੱਗਦਾ ਉਸ ਡੇਟ ਤੋਂ ਸਟਾਰਟ ਹੁੰਦਾ 12 ਈਅਰ ਪੀਰੀਅਡ ਤੇ ਲੋਕੀ ਪਰ ਕਾਫੀ ਐਕਸੈਜਰੇਟ ਕਰਕੇ ਸੋਚਦੇ ਨੇ ਕਿ ਵੀ ਹੁਣ 12 ਸਾਲ ਤੋਂ ਕੋਈ ਹੋਰ ਬੈਠਾ ਤੇ ਉਹਦੀ ਪ੍ਰਾਪਰਟੀ ਹੋ ਗਈ ਤੇ ਅਸੀਂ ਓਨਰਸ਼ਿਪ ਖੋਤੀ, ਐਦਾਂ ਦੀ ਕੋਈ ਗੱਲ ਨਹੀਂ ਹੈਗੀ। ਬਿਲਕੁਲ ਜੀ ਜੀ, ਮੈਂ ਚਾਹੂੰਗੀ ਸਰ ਇਸ ਵਿਸ਼ੇ ਤੇ ਨਾ ਥੋੜਾ ਜਿਹਾ ਡਿਟੇਲ ਦੇ ਵਿੱਚ ਤੁਸੀਂ ਐਕਸਪਲੇਨ ਕਰ ਦਿਓ, ਬਿਕੋਜ਼ ਇਹ ਇੱਕ ਕਿਸੇ ਦੀ ਕੁਐਰੀ ਵੀ ਹੈਗੀ ਹੈ ਕਿ 12 ਸਾਲ ਵਾਲਾ ਜਿਹੜਾ ਕਾਨੂੰਨ ਹੈਗਾ ਆ, ਮੰਨ ਲਓ ਕਿ ਸਾਨੂੰ ਪਤਾ ਹੀ ਲੇਟ ਲੱਗੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਈ ਵਾਰੀ ਸਾਨੂੰ ਲੇਟ ਪਤਾ ਲੱਗਦਾ ਕਿ ਇਹ ਪ੍ਰਾਪਰਟੀ ਜਿਹੜੀ ਸਾਡੇ ਨਾਂ ਬੋਲਦੀ ਹੈ ਜ਼ਮੀਨਾਂ ਦੇ ਨਾਲ ਜਦੋਂ ਜ਼ਮੀਨਾਂ ਜੁੜੀਆਂ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਸਾਡੇ ਕੋਲ ਇੱਕ ਰੀਸੈਂਟਲੀ ਕੇਸ ਵੀ ਆਇਆ ਸੀ ਕਿ ਬਈ ਉਹ ਐਨਆਰਆਈ ਤੋਂ ਰਿਲੇਟਡ ਹੀ ਕੇਸ ਸੀਗਾ। ਜੀ, ਫਾਦਰ ਉਹਨਾਂ ਦੇ ਇੰਡੀਆ ਵਿੱਚ ਰਹਿੰਦੇ ਸੀ ਤੇ ਸਨ ਜਿਹੜਾ ਬੇਟਾ ਸੀਗਾ ਉਹ ਬਾਹਰ ਰਹਿ ਰਹੇ ਸੀ ਕੈਨੇਡਾ ਵਿੱਚ, ਤੇ ਉਹਨਾਂ ਦੇ ਫਾਦਰ ਦੀ ਜਦ ਡੈਥ ਹੋਈ ਤੇ ਜਿਹੜਾ ਉਹਨਾਂ ਦਾ ਦੂਜਾ ਬੇਟਾ ਸੀ ਉਹ ਇੰਡੀਆ ਵਿੱਚ ਜਿਹੜਾ ਰਹਿ ਰਿਹਾ ਸੀ, ਉਹ ਪ੍ਰਾਪਰਟੀ ਨੂੰ ਐਕਵਾਇਰ ਕਰਕੇ ਆਪਣੇ ਨਾਂ ਤੇ ਫਰੋਡੂਲੈਂਟਲੀ ਉਹਨੇ ਆਪਣੇ ਟ੍ਰਾਂਸਫਰ ਕਰਾ ਲਈ ਤੇ ਬੈਠ ਗਿਆ, ਤੇ ਜਿਹੜੇ ਜਿਹੜੇ ਸਿਬਲਿੰਗ ਜਿਹੜੇ ਸਾਡੇ ਕਲਾਇੰਟ ਸੀਗੇ ਜਿਹੜੇ ਬਾਹਰ ਰਹਿ ਰਹੇ ਸੀ ਉਹਨਾਂ ਨੂੰ ਲੱਗਿਆ ਕਿ ਬਈ ਸਾਡੀ ਪ੍ਰੋਪਰਟੀ ਕਦੇ ਹੈਗੀ ਨਹੀਂ ਤੇ ਉਹ ਸ਼ਾਇਦ ਫਾਦਰ ਜਿਹੜੇ ਸੀ ਦੂਜੇ ਸਿਬਲਿੰਗ ਨੂੰ ਦੇ ਗਏ ਸੀਗੇ। ਅਰਾਊਂਡ 15 ਇਅਰਸ ਬਾਅਦ ਉਹਨਾਂ ਨੂੰ ਕਦੇ ਰਿਅਲਾਈਜ਼ ਹੋਇਆ ਕਿ ਡਾਕੂਮੈਂਟਸ ਵਿੱਚ ਕੁਝ ਫਰੋਡਲੈਂਟ ਹੋਇਆ ਸੀ ਤੇ ਉਹਨਾਂ ਨੇ ਪਤਾ ਕੀਤਾ, ਐਕਸਪਲੋਰ ਕਰਵਾਇਆ ਸਾਡੇ ਥਰੂ ਕਿ ਬਈ ਕੀ ਚੀਜ਼ ਟਾਈਟਲ ਟ੍ਰਾਂਸਫਰ ਹੋਈ ਸੀ, ਜਿਹਦੇ ਵਿੱਚ ਪਤਾ ਲੱਗਿਆ ਕਿ ਬਈ ਉਹਨਾਂ ਨੇ 15 ਸਾਲ ਪਹਿਲੇ ਫੋਰਜਰੀ ਕੀਤੀ ਸੀ ਸਿਬਲਿੰਗ ਨੇ, ਤੇ ਕੋਈ ਐਡਵਰਸ ਪੋਜੀਸ਼ਨ ਦਾ ਕੋਈ ਲਾਅ ਇੱਥੇ ਐਪਲੀਕੇਬਲ ਨਹੀਂ ਹੁੰਦਾ ਜਦ
ਇਟਸ ਅ ਵੈਰੀ ਬਿਗ ਟਾਈਮ ਲੂਪ ਹੋਲ ਇਨ ਦੀ ਲਾਅ। ਉਹਦੇ ਵਿੱਚ ਕੋਈ ਕਦੇ ਇਹ ਨਾ ਸੋਚੋ ਕਿ ਤੁਹਾਨੂੰ ਜੇ ਪਤਾ ਨਹੀਂ ਲੱਗਿਆ ਕੋਈ ਬੰਦਾ ਆਪਣੇ ਡਾਕੂਮੈਂਟਸ, ਅੱਜ ਕੱਲ੍ਹ ਇੱਕ ਹੋਰ ਚੀਜ਼ ਹੈਗੀ, ਬੰਦਾ ਜਿਹੜਾ ਇੰਡੀਆ ਰਹਿ ਰਿਹਾ ਉਹਨੇ ਆਪਣਾ ਜਿਹਨੇ ਕਬਜ਼ਾ ਕੀਤਾ ਉਹ ਆਧਾਰ ਕਾਰਡ ਬਣਾ ਲੈਂਦਾ ਉਸ ਪ੍ਰੋਪਰਟੀ ਤੇ, ਇਲੈਕਟ੍ਰਿਸਿਟੀ ਮੀਟਰ ਚੇਂਜ ਕਰਵਾ ਲੈਂਦਾ, ਵਾਟਰ ਬਿੱਲ ਆਪਣੇ ਨਾਂ ਤੇ ਕਰਾਉਂਦਾ। ਇਹ ਚੀਜ਼ਾਂ ਨਾਲ ਕਦੇ ਵੀ ਟਾਈਟਲ ਨਹੀਂ ਐਸਟੈਬਲਿਸ਼ ਹੁੰਦਾ, ਜਿਹੜਾ ਰਾਈਟਫੁਲ ਓਨਰ ਹੈਗਾ ਉਹ ਰਾਈਟਫੁਲ ਓਨਰ ਹੀ ਰਹੇਗਾ, ਚਾਹੇ 12 ਸਾਲ ਹੋਣ ਚਾਹੇ 20 ਸਾਲ ਹੋ ਗਏ ਉਹਨਾਂ ਨੂੰ। ਜੀ ਜੀ ਜੀ, ਇਸੇ ਦੇ ਨਾਲ ਹੀ ਜੁੜਿਆ ਇੱਕ ਹੋਰ ਸਵਾਲ ਹੈਗਾ ਕਿ NRI ਇਨਸਾਨ ਜਿਹੜਾ ਫੋਰਨ ਕੰਟਰੀ ਦੇ ਵਿੱਚ ਬੈਠਾ ਇੱਥੇ ਆਪਣੀ ਪ੍ਰੋਪਰਟੀ ਦੀ ਇਨਵੈਸਟੀਗੇਸ਼ਨ ਕਰਵਾ ਸਕਦਾ? ਬਿਲਕੁਲ ਜੀ, ਬਿਲਕੁਲ ਕਰਾ ਸਕਦਾ, ਬਲਕਿ ਜੇ ਉਹ ਸਾਡੇ ਫਰਮ ਦੇ ਥਰੂ ਸਟਾਰਟ ਕਰਦਾ, ਸਾਡੇ ਫਰਮ ਦੇ ਪੈਨਲ ਤੇ ਐਕਸਪਲੋਰੇਸ਼ਨ ਡਿਟੈਕਟਿਵਸ ਤੱਕ ਹੈਗੇ, ਅਸੀਂ ਪੂਰਾ ਦਾ ਪੂਰਾ ਲੈਂਡ ਡਿਪਾਰਟਮੈਂਟ ਤੋਂ ਲੈ ਕੇ ਮਿਊਨਿਸਪਲ ਡਿਪਾਰਟਮੈਂਟ ਤੱਕ ਟਾਈਟਲ ਐਕਸਪਲੋਰ ਕਰਾਂਗੇ, ਸਕਰੂਟੀਨਾਈਜ਼ ਕਰਾਂਗੇ। ਜਦ ਤੋਂ ਪ੍ਰੋਪਰਟੀ ਗਵਰਨਮੈਂਟ ਨੇ ਅਲਾਟ ਕੀਤੀ ਹੈ ਉਸ ਤੋਂ ਲੈ ਕੇ ਪ੍ਰੈਜੈਂਟ ਡੇਟ ਤੱਕ ਅਸੀਂ ਉਹਨੂੰ ਸਾਰੀ ਚੀਜ਼ ਨੈਕਸਸ ਦੇਵਾਂਗੇ ਟਾਈਟਲ ਡਾਕੂਮੈਂਟਸ ਦਾ, ਕਿ ਕਿਤੇ ਕਿਤੇ ਨਾਂ ਤੇ ਟ੍ਰਾਂਸਫਰ ਹੋਈ ਹੈ ਤੇ ਕਿਨ ਡਾਕੂਮੈਂਟਸ ਦੇ ਬਿਹਾਫ ਤੇ ਹੋਈ ਹੈ, ਤੇ ਐਗਜੈਕਟਲੀ ਕਦੇ ਜੇ ਕੋਈ ਕੇਸ ਸਟਾਰਟ ਕਰਨ ਤੋਂ ਪਹਿਲੇ ਪ੍ਰੀ ਐਕਸਪਲੋਰੇਸ਼ਨ ਕਰਾਉਣਾ ਚਾਹੁੰਦਾ ਤੇ ਬਿਲਕੁਲ ਕਰਾ ਸਕਦਾ ਹੈ। ਬਾਵਜੂਦ ਵੀ ਜੇ ਉਹ ਪ੍ਰੈਜੈਂਟ ਨਹੀਂ ਹੁੰਦੇ ਤਾਂ ਫਿਰ ਦੇਖੋ ਜੀ, ਪਹਿਲੀ ਗੱਲ ਤੇ ਉਹ ਮੈਟਰ ਨਹੀਂ ਕਰਦੀ, ਇਫ ਯੂ ਆਰ ਹੈਵਿੰਗ ਅ ਗੁੱਡ ਲਾਇਰ ਇਨ ਯੋਰ ਹੈਂਡ ਤੇ ਤੁਹਾਨੂੰ ਕੋਈ ਮੈਟਰ ਨਹੀਂ ਕਰਦੀ। ਤੁਹਾਡਾ ਇੱਥੇ ਇੱਕ ਪ੍ਰੋਪਰ ਥੋਰੋ ਰਿਪ੍ਰੈਜ਼ੈਂਟੇਟਿਵ ਹੋਣਾ ਚਾਹੀਦਾ ਜੋ ਟ੍ਰਾਂਸਪੇਰੈਂਸੀ ਨਾਲ ਤੁਹਾਡਾ ਪ੍ਰੋਸੈਸ ਫੋਲੋ ਕਰੇ ਤੇ ਮਿਸਗਾਈਡ ਨਾ ਕਰੇ। ਅਦਰਵਾਈਜ਼ ਜੇ ਤੁਸੀਂ ਬਾਹਰ ਵੀ ਬੈਠੇ ਹੋ, ਇੰਡੀਆ ਤੋਂ ਬਾਹਰ, ਤੁਹਾਡੇ ਪਰਸਨਲ ਪ੍ਰੈਜੈਂਸ ਬਿਲਕੁਲ ਡਿਸਪੈਂਸ ਕੀਤੀ ਜਾ ਸਕਦੀ ਹੈ, ਤੁਹਾਡੀ ਪਰਸਨਲ ਪ੍ਰੈਜੈਂਸ ਦੀ ਲੋੜ ਨਹੀਂ ਹੈਗੀ ਇੱਥੇ। ਜੀ ਜੀ ਜੀ, ਤੁਸੀਂ ਗੱਲ ਕੀਤੀ ਸੀ ਸਿਬਲਿੰਗਸ ਦੇ ਨਾਲ ਜਦੋਂ ਤੁਹਾਡਾ ਕੋਈ ਪ੍ਰੋਪਰਟੀ ਦਾ ਡਿਸਪਿਊਟ ਹੁੰਦਾ, ਇੱਕ ਕੁਐਰੀ ਇਸ ਤਰ੍ਹਾਂ ਦੀ ਹੋਰ ਹੈਗੀ ਹੈ ਸਾਡੇ ਕੋਲ, ਇੱਕ ਕਾਲਰ ਦੀ ਕਾਲ ਸੀਗੀ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਉਹ ਫੋਰਨ ਦੇ ਵਿੱਚ ਰਹਿੰਦੇ ਸੀ, ਉਹਨਾਂ ਦਾ ਜਿਹੜਾ ਬ੍ਰਦਰ ਸੀਗਾ, ਰੀਅਲ ਬ੍ਰਦਰ, ਉਹਨਾਂ ਨੇ ਜਿਹੜੇ ਪੈਸੇ ਆ ਉਹਨੂੰ ਭੇਜੇ ਨੇ ਇੱਥੇ ਪ੍ਰੋਪਰਟੀ ਪਰਚੇਸ ਕਰਨ ਦੇ ਲਈ। ਕੁਝ ਪ੍ਰੋਪਰਟੀ ਉਹਨਾਂ ਨੇ ਉਹਨਾਂ ਦੇ ਨਾਮ ਤੇ ਪਰਚੇਸ ਕੀਤੀ, ਕੁਝ ਇੱਕ ਦੋ ਪਲਾਟਸ ਜਿਹੜੇ ਸੀ ਉਹ ਉਹਨਾਂ ਨੇ ਆਪਣੇ ਨਾਂ ਤੇ ਕਰਾਏ, ਬਟ ਜਦੋਂ ਵਾਪਸ ਆਏ ਉਹਨਾਂ ਨੇ ਪੁੱਛਿਆ ਕਿ ਜਿਹੜੀ ਉਹਨਾਂ ਦੀ ਪ੍ਰੋਪਰਟੀ ਹੈਗੀ ਆ ਉਹ ਕਿਹੜੀ ਕਿਹੜੀ ਹੈਗੀ ਆ। ਸੋ ਇਨਵੈਸਟੀਗੇਸ਼ਨ ਦੇ ਥਰੂ ਹੀ ਪਤਾ ਲੱਗਿਆ ਉਹਨਾਂ ਨੂੰ ਕਿ ਜਿਹੜੀ ਉਹਨਾਂ ਨੇ ਜਿੰਨੇ ਪੈਸੇ ਭੇਜੇ ਸੀ, ਜਿਹੜੇ ਵੱਧ ਪੈਸੇ ਸੀ, ਉਹਦੀ ਪ੍ਰੋਪਰਟੀ ਪਰਚੇਸ ਕਰਕੇ ਉਹਨਾਂ ਨੇ ਆਪਣੇ ਨਾਂ ਲਾ ਲਈ। ਇਸ ਕੇਸ ਦੇ ਵਿੱਚ ਕੀ ਸੋਲਿਊਸ਼ਨ ਹੋ ਸਕਦਾ? ਕਿਹੜਾ ਜਿਹੜਾ ਬਿਆਨਾ ਹੈਗਾ ਆ ਉਹ ਉਸੇ ਹੀ ਇਨਸਾਨ ਦੇ ਨਾਮ ਹੀ ਹੈ, ਰਜਿਸਟਰੀ ਵੀ ਉਸੇ ਨਾਮ ਦੇ ਉਸੇ ਇਨਸਾਨ ਦੇ ਨਾਮ ਹੀ ਹੈ? ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ, ਇਹਦੇ ਵਿੱਚ ਬਲਕਿ ਸਿਵਲ ਪਲੱਸ ਕ੍ਰਿਮੀਨਲ ਰੈਮੇਡੀ ਹੈਗੀ ਕਲਾਇੰਟ ਕੋਲ, ਕਿਉਂਕਿ ਕ੍ਰਿਮੀਨਲ ਕੇਸ ਵਿੱਚ ਦੇਖਿਆ ਜਾਏ ਤੇ ਮਿਸ ਐਪਰੋਪ੍ਰੀਏਸ਼ਨ ਆਫ ਫੰਡਸ ਹੈਗੀ, ਇੱਕ ਚੀਟਿੰਗ ਹੈਗੀ, ਜਿਹੜੇ ਜਿਹਨੂੰ ਉਹਨੇ ਵੇਚੀ ਵੀ ਹੈ ਜਾਂ ਆਪਣੇ ਨਾਂ ਤੇ ਚੜਾਈ ਹੈ, ਇਟਸ ਚੀਟਿੰਗ। ਮਿਸ ਐਪਰੋਪ੍ਰੀਏਸ਼ਨ ਫੰਡਸ ਇੱਕ ਸੀਰੀਅਸ ਅਫੈਂਸ ਹੈਗਾ ਇੱਥੇ, ਤੇ ਉੱਥੇ ਕ੍ਰਿਮੀਨਲ ਮਿਸ ਐਪਰੋਪ੍ਰੀਏਸ਼ਨ ਬ੍ਰੀਚ ਆਫ ਟਰੱਸਟ ਕਹਿੰਦੇ ਨੇ ਉਹਨੂੰ। ਜੇ ਉੱਥੋਂ ਕਿਸੇ ਨੇ ਫੰਡਸ ਭੇਜੇ ਨੇ ਇੱਕ ਪ੍ਰੋਪਰਟੀ ਲੈਣ ਲਈ ਕਿਸੇ ਆਪਣੇ ਸਿਬਲਿੰਗ ਨੂੰ ਜਾਂ ਕਿਸੇ ਫਰੈਂਡ ਨੂੰ ਜਾਂ ਰਿਲੇਟਿਵ ਨੂੰ, ਉਹ ਇੱਕ ਟਰੱਸਟ ਵਿੱਚ ਭੇਜੇ ਗਏ ਨੇ, ਤੇ ਇਹ ਉਹਦੀ ਜਿਸ ਬੰਦੇ ਨੂੰ ਫੰਡਸ ਭੇਜੇ ਜਾ ਰਹੇ ਨੇ ਉਹਦੀ ਡਿਊਟੀ ਹੈ ਕਿ ਉਹਦੇ ਨਾਂ ਤੇ ਹੀ ਪ੍ਰੋਪਰਟੀ ਲਿੱਤੀ ਜਾਏ, ਤੇ ਜੇ ਉਹ ਐਦਾਂ ਨਹੀਂ ਕਰਦਾ ਤੇ ਇਟਸ ਅ ਕ੍ਰਿਮੀਨਲ ਅਫੈਂਸ। ਇੱਕ ਤੇ ਉਹਨੂੰ ਪ੍ਰੋਪਰਲੀ ਪ੍ਰੋਸੀਕਿਊਟ ਕੀਤਾ ਜਾ ਸਕਦਾ ਹੈ ਕ੍ਰਿਮੀਨਲੀ, ਸੈਕੰਡਲੀ ਸਿਵਲ ਡਿਕਲੇਰੇਸ਼ਨ ਸੂਟ ਦੇ ਥਰੂ ਉਹ ਪ੍ਰੋਪਰਟੀ ਦੀ ਜਿਹੜੀ ਸੇਲ ਹੋਈ ਹੈ, ਜਿਹੜੀ ਇਲੀਗਲ ਸੇਲ ਹੋਈ ਹੈ, ਉਹਨੂੰ ਕੋਰਟ ਨਲ ਐਂਡ ਵੋਇਡ ਡਿਕਲੇਅਰ ਕਰ ਦੇਗਾ, ਤੇ ਉਹ ਟ੍ਰਾਂਸਫਰ ਵਾਪਸ ਉਹਦੇ ਨਾਂ ਤੇ ਆ ਜਾਏਗਾ ਜਿਸ ਬੰਦੇ ਨੇ ਆਪਣੇ ਫੰਡਸ ਭੇਜੇ ਸੀ, ਉਹਦੇ ਨਾਂ ਤੇ ਪ੍ਰੋਪਰਟੀ ਡਿਕਲੇਅਰ ਕਰ ਦਿੱਤੀ ਜਾਏਗੀ ਕਿ ਹੀ ਇਜ਼ ਦੀ ਰਾਈਟਫੁਲ ਓਨਰ। ਜੀ ਜੀ, ਇਹ ਦੋਨੋਂ ਸੋਲੂਸ਼ਨਸ ਹੈਗੇ ਬਲਕਿ। ਜੀ ਅੱਛਾ, ਮੀਨਵਾਈਲ ਜਦੋਂ ਇਹ ਡਿਸਪਿਊਟ ਚੱਲ ਰਿਹਾ ਹੈ ਕਿ ਜਿਹੜਾ ਰੀਅਲ ਓਨਰ ਆ ਜਿਹਨੇ ਪੈਸੇ ਭੇਜੇ ਸੀ ਉਹ ਉਸ ਪ੍ਰੋਪਰਟੀ ਦਾ ਜਿਹੜਾ ਬਿਆਨਾ ਆ ਕਿਸੇ ਹੋਰ ਨੂੰ ਜੇ ਲਿਖ ਕੇ ਦੇ ਦਿੰਦਾ ਆ, ਜਿਹੜਾ ਜਿਹਦੇ ਨਾਂ ਤੇ ਰਜਿਸਟਰੀ ਉਹਨੂੰ ਨਹੀਂ ਪਤਾ, ਪਰ ਉਹਨੇ ਜਿਹੜਾ ਬਿਆਨਾ ਹੈ, ਮੰਨ ਲਓ ਤੁਸੀਂ ਕਿਸੇ ਪ੍ਰੋਪਰਟੀ ਡੀਲਰ ਨੂੰ ਦੇ ਦਿੱਤਾ ਲਿਖ ਕੇ ਕਿ ਤੁਸੀਂ ਜਿਹੜੀ ਇਹ ਮੇਰੀ ਪ੍ਰੋਪਰਟੀ ਆ ਇਹਨੂੰ ਸੇਲ ਕਰ ਦਿਓ, ਅਤੇ ਉਸ ਤੋਂ ਬਾਅਦ ਰਜਿਸਟਰੀ ਜਿਹੜੀ ਆ ਜੇ ਮੇਰੇ ਨਾਲ ਹੋਈ ਤਾਂ ਮੈਂ ਤੁਹਾਡੇ ਨਾਲ ਟ੍ਰਾਂਸਫਰ ਕਰ ਦੂੰ, ਕੀ ਇਹ ਲੀਗਲੀ ਪੋਸੀਬਲ ਹੈ? ਇਹ ਲੀਗਲੀ ਨਹੀਂ ਪੋਸੀਬਲ ਹੈਗਾ ਜੀ, ਇਹਨੂੰ ਟ੍ਰੇਡਿੰਗ ਕਹਾਂਗੇ, ਮਤਲਬ ਇਹਦੇ ਵਿੱਚ ਹੀ ਐਸੇ ਰੀਜ਼ਨ ਕਰਕੇ ਐਕਚੁਅਲੀ ਮਲਟੀਪਲਿਸਿਟੀ ਆਫ ਪ੍ਰੋਸੀਡਿੰਗ ਸਟਾਰਟ ਹੋ ਜਾਂਦੇ, ਕਿਉਂਕਿ ਉਹ ਇੱਕ ਬੰਦੇ ਦੀ ਥਾਂ ਤੇ ਦੋ ਦੋ ਤਿੰਨ ਤਿੰਨ ਬੰਦਿਆਂ ਤੋਂ ਬਿਆਨੇ ਚੁੱਕੇ ਜਾਂਦੇ ਨੇ, ਤੇ ਉਹ ਜ਼ਿਆਦਾ ਚੀਟਿੰਗ ਦਾ ਇੱਕ ਇਸ਼ੂ ਹੋ ਜਾਂਦਾ ਹੈ। ਹੁੰਦਾ ਕੀ ਹੈ ਕਿ ਕਿਸੇ ਬੰਦੇ ਨੇ ਇੱਕ ਵਾਰੀ ਪ੍ਰੋਪਰਟੀ ਦੀ ਡੀਲ ਕਰ ਲੈਂਦੇ ਨੇ ਇੱਕ ਪਰਟੀਕੁਲਰ ਅਮਾਊਂਟ ਤੇ, ਕੁਛ ਟਾਈਮ ਬਾਅਦ 6 ਮਹੀਨੇ ਬਾਅਦ 1 ਈਅਰ ਬਾਅਦ ਉਹ ਪ੍ਰੋਪਰਟੀ ਦੀ ਵੈਲਿਊ ਵੱਧ ਜਾਂਦੀ ਹੈ, ਪ੍ਰੋਪਰਟੀ ਡੀਲਰ ਨੂੰ ਵੀ ਥੋੜੀ ਜਿਹੀ ਗਰੀਡ ਆ ਜਾਂਦੀ ਹੈ, ਪਾਰਟੀ ਨੂੰ ਵੀ ਗਰੀਡ ਆਉਂਦੀ, ਉਹ ਕਿਸੇ ਹੋਰ ਨੂੰ ਫੜ ਕੇ ਜਿਹੜਾ ਜ਼ਿਆਦਾ ਪ੍ਰਾਈਸ ਦੇ ਰਿਹਾ ਉਹਨੂੰ ਸੇਲ ਆਊਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਇਹ ਇਹਦਾ ਸੋਲੂਸ਼ਨ ਤੇ ਡੈਫੀਨੇਟਲੀ ਹੈਗਾ, ਤੁਸੀਂ ਕੇਸ ਪਾ ਕੇ ਉਹਨੂੰ ਨਲ ਐਂਡ ਵੋਇਡ ਡਿਕਲੇਅਰ ਕਰਾ ਲੈਂਦੇ ਹੋ, ਪਰ ਦਿਸ ਵੁੱਡ ਬੀ ਅਮਾਊਂਟਿੰਗ ਟੂ ਚੀਟਿੰਗ, ਉਹ ਠੀਕ ਨਹੀਂ ਹੈਗਾ, ਟ੍ਰੇਡਿੰਗ ਹੋ ਜਾਂਦੀ ਹੈ ਉਹ ਪ੍ਰੋਪਰਟੀ ਵਿੱਚ। ਜੀ, ਤੁਸੀਂ ਸਿਬਲਿੰਗਸ ਦੇ ਨਾਲ ਨਾਲ ਸਰ ਜ਼ਿਕਰ ਕੀਤਾ ਸੀਗਾ ਕਿ ਤੁਸੀਂ ਕਿਸੇ ਫਰੈਂਡ ਦੇ ਕੋਲੋਂ ਵੀ ਪੈਸਾ ਮੰਗਵਾ ਸਕਦੇ ਹੋ, ਰਿਲੇਟਿਵ ਦੇ ਕੋਲੋਂ ਵੀ ਮੰਗਵਾ ਸਕਦੇ ਹੋ, ਕੀ ਉਹ ਜਿਹੜੀ ਟ੍ਰਾਂਜੈਕਸ਼ਨ ਹੋ ਰਹੀ ਹੈ ਉਹ ਉਹਦੇ ਵਿੱਚ ਰਿਮਾਰਕਸ ਜਿਹੜੇ ਨੇ ਜ਼ਰੂਰੀ ਹੈ ਇਹ ਹੋਣ ਕਿ ਤੁਸੀਂ ਆਪਣੀ ਪ੍ਰੋਪਰਟੀ ਪਰਚੇਸ ਕਰਨ ਲਈ ਹੀ ਉਹ ਫੰਡ ਭੇਜਿਆ, ਜਾਂ ਅਦਰਵਾਈਜ਼ ਰੈਂਡਮਲੀ ਵੀ ਜੇ ਤੁਸੀਂ ਬਿਨਾਂ ਕਿਸੇ ਨੋਟ ਦੇ ਬਿਨਾਂ ਕਿਸੇ ਰਿਮਾਰਕ
ਲਈ ਰਿਕਾਰਡ ਆਫ ਕਮਿਊਨੀਕੇਸ਼ਨ ਚਾਹੀਦਾ ਹੁੰਦਾ ਜੀ। ਦੇਖੋ ਜੀ ਜੋ ਵੀ ਕੋਈ ਟ੍ਰਾਂਜੈਕਸ਼ਨ ਇਦਾਂ ਦੀ ਹੋਏਗੀ ਬਾਹਰੋਂ ਫੰਡਸ ਇੰਡੀਆ ਵਿੱਚ ਆਣਗੇ ਤੇ ਸਪੈਸੀਫਿਕਲੀ ਉਹ ਵਾਈਟ ਦਾ ਹੀ ਮਨੀ ਆਏਗਾ ਤੇ ਬੈਂਕ ਦੇ ਥਰੂ ਆਏਗਾ, ਇਹ ਜੋ ਵੀ ਆਏਗਾ ਔਨ ਰਿਕਾਰਡ ਆਏਗਾ ਤੇ ਤੁਸੀਂ ਦਿਖਾ ਸਕਦੇ ਹੋ ਕਿ ਬਈ ਹਾਂਜੀ ਅਸੀਂ ਇਸ ਸੋਰਸ ਆਫ ਫੰਡਸ ਇਹ ਸੀਗਾ ਉਸ ਪ੍ਰੋਪਰਟੀ ਨੂੰ ਪਰਚੇਜ਼ ਕਰਨ ਲਈ, ਇਸ ਕਰਕੇ ਬਈ ਆਈ ਐਮ ਦੀ ਓਨਰ ਆਫ ਦੀ ਪ੍ਰੋਪਰਟੀ ਤੇ ਮੈਂ ਇਸ ਪਰਪਸ ਲਈ ਭੇਜੇ ਸੀ। ਕੋਈ ਵੀ ਬੰਦਾ ਜੇ ਪ੍ਰੋਪਰਟੀ ਲੈਣ ਲਈ ਭੇਜੇਗਾ ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਗਿਫਟ ਦਿੱਤਾ ਅਨਨੈਸੈਸਰੀ ਕਿਸੇ ਨੂੰ, ਤੇ ਉਹਦੇ ਲਈ ਕੋਈ ਪ੍ਰੋਬਲਮ ਨਹੀਂ ਹੈਗਾ, ਉਹ ਕਰ ਸਕਦੇ ਨੇ ਜੀ ਬਿਲਕੁਲ। जी जी इस केस दे नाल जदों आपां गल करदे आं प्रॉपर्टी दी, तुसीं गल कीती कि सिबलिंग्स जिहड़े ने ओह कई वार जिहड़ी प्रॉपर्टी अपने नाम ते ट्रांसफर कर लैंदे ने, और बहुत वार एवें भी हुंदा है जदों पेरेंट्स जिहड़े आ जिन्हां दी डैथ हो जांदी है ते कुछ साल बाद बाहर बैठे किसी भैण भरा नूं इह दस दित्ता जांदा है कि उन्हां ने जिहड़ी वसीयत बनाई सी उहदे जरिए आ जिहड़ी प्रॉपर्टी है ओह साडे नाम कर दित्ती है, तां की इह जिहड़ी वसीयत वाली गल है इहनूं चैलेंज कीता जा सकदा है, या जिहड़ी प्रॉपर्टी इस तरह ਡਿਸਪਿਊਟ ਦੇ ਵਿੱਚ ਹੋਵੇ ਤਾਂ ਉਹਨੂੰ ਚੈਲੰਜ ਕਰਨਾ ਪੋਸੀਬਲ ਹੈ? ਬਿਲਕੁਲ ਪੋਸੀਬਲ ਹੈ ਜੀ। ਜਿਹੜੀ ਇੱਕ ਚੀਜ਼ ਬੜੀ ਕਾਮਨਲੀ ਪੰਜਾਬ ਵਿੱਚ ਦੇਖੀ ਜਾਂਦੀ ਹੈ ਜਿਹੜਾ ਕਿ ਇੱਕ ਰੂਲ ਹੈਗਾ, ਫਸਟ ਆਫ ਆਲ ਕਾਫੀ ਲੋਕਾਂ ਨੂੰ ਪਤਾ ਨਹੀਂ ਹੁੰਦਾ, ਉਹ ਹੈਗਾ ਕਿ ਬਈ ਜੇ ਕਿਸੇ ਦੀ ਡੈਥ ਹੋਈ ਹੈ ਤੇ ਉਹਦੇ 2-3-4 ਬੱਚੇ ਜਿੰਨੇ ਵੀ ਬੱਚੇ ਹੈਗੇ ਲੀਗਲ ਏਅਰਸ ਹੈਗੇ, ਤੇ ਜੇ ਕਿਸੇ ਦੇ ਇੱਕ ਪਰਟੀਕੂਲਰ ਬੰਦੇ ਦੇ ਨਾਂ ਤੇ ਵਸੀਅਤ ਕੀਤੀ ਗਈ ਹੈ ਤੇ ਜੇ ਪ੍ਰੋਪਰਟੀ ਜਿੰਦੀ ਡੈਥ ਹੋਈ ਹੈ ਉਹਦੇ ਨਾਂ ਤੋਂ ਜੇ ਉਸ ਵਿਲ ਦੇ ਬੈਨੀਫੀਸ਼ਰੀ ਦੇ ਨਾਂ ਤੇ ਚੜ੍ਹਨੀ ਹੈ ਤੇ ਸਾਰਿਆਂ ਦੇ ਅਦਰ ਲੀਗਲ ਏਅਰਸ ਦੇ ਐਨਓਸੀ ਚਾਹੀਦੇ ਨੇ, ਜਿਹੜੀ ਕਿ ਪੰਜਾਬ ਵਿੱਚ ਬੜੀ ਕਾਮਨਲੀ ਚੀਜ਼ ਦੇਖੀ ਗਈ ਹੈ ਕਿ ਬਿਨਾਂ ਐਨਓਸੀ ਦੇ ਬਗੈਰ ਹੀ ਉਹਨੂੰ ਉਹਦੇ ਉਸ ਬੰਦੇ ਦੇ ਬੈਨੀਫੀਸ਼ਰੀ ਦੇ ਨਾਂ ਤੇ ਚੜਾ ਦਿੱਤਾ ਜਾਂਦਾ ਹੈ ਤੇ ਬੰਦਾ ਸੋਚਦਾ ਹੈ ਕਿ ਵੀ ਹਾਂਜੀ ਹੁਣ ਤੇ ਵਿਲ ਸੀਗੀ ਇਸ ਕਰਕੇ ਚੜੇ, ਉਹਨੂੰ ਚੈਲੰਜ ਕਰਨਾ ਬਿਲਕੁਲ ਪੋਸੀਬਲ ਹੈ ਤੇ ਜੇ ਤੁਸੀਂ ਚੈਲੰਜ ਕਰੋਗੇ ਤੇ 100% ਉਹਦੇ ਵਿੱਚ ਰਿਜ਼ਲਟ ਵੀ ਹੈ ਜੇ ਇਨ ਰਿਐਲਿਟੀ ਕੋਈ ਫਰੌਡੂਲੈਂਟ ਚੀਜ਼ ਹੋਈ ਹੈ ਤੇ, ਕਿਉਂਕਿ ਵਿਲ ਨੂੰ ਪ੍ਰੂਫ ਕਰਨਾ ਜਿਹੜਾ ਵੀ ਬੈਨੀਫੀਸ਼ਰੀ ਹੈ ਵਿਲ ਨੂੰ ਪ੍ਰੂਫ ਕਰਨਾ ਉਹਦੇ ਤੇ ਬਰਡਨ ਹੈਗਾ ਜੀ, ਕੋਰਟ ਆਪਣੇ ਆਪ ਨਹੀਂ ਲੈਂਦਾ ਇਸ ਚੀਜ਼ ਨੂੰ ਕਿ ਬਈ ਵਿਲ ਹੈਗੀ ਤੇ ਹਾਂਜੀ ਇਹ ਸੱਚੀ ਵਿਲ ਹੈ, ਉਸ ਬੰਦੇ ਨੂੰ ਪ੍ਰੂਫ ਕਰਨਾ ਬਹੁਤ ਜ਼ਰੂਰੀ ਹੈਗਾ ਕਿ ਇਹ ਵਿਲ ਸੱਚੀ ਹੈਗੀ ਤੇ ਉਹਨੂੰ ਬਾਕੀ ਸਾਰੇ ਲੀਗਲ ਏਅਰਸ ਦੇ, ਇੱਕ ਵੀ ਨਹੀਂ ਕਹਿ ਰਿਹਾ ਮੈਂ, ਦੋ ਵੀ ਨਹੀਂ ਕਹਿ ਰਿਹਾ, ਸਾਰੇ, ਜੇ ਇੱਕ ਵੀ ਮਨਾ ਕਰੇਗਾ ਤੇ ਪ੍ਰੋਪਰਟੀ ਟ੍ਰਾਂਸਫਰ ਨਹੀਂ ਹੋ ਸਕਦੀ, ਸਾਰੇ ਲੀਗਲ ਏਅਰਸ ਦੇ ਐਨਓਸੀ ਲੈਣਾ, ਰਿਟਨ ਕੰਸੈਂਟ ਲੈਣਾ ਬਹੁਤ ਜ਼ਰੂਰੀ ਹੈ, ਜੇ ਉਹਦੇ ਬਗੈਰ ਪ੍ਰੋਪਰਟੀ ਟ੍ਰਾਂਸਫਰ ਕੀਤੀ ਜਾਂਦੀ ਹੈ ਬੈਨੀਫੀਸ਼ਰੀ ਦੇ ਨਾਂ ਤੇ ਉਹ ਚੀਟਿੰਗ ਹੈ ਤੇ ਉਹ ਫਰਾਡ ਹੈਗਾ ਤੇ ਉਹਨੂੰ ਕਦੇ ਵੀ ਕੋਰਟ ਡਿਕਲੇਅਰ ਕਰ ਸਕਦਾ ਤੁਹਾਡੀ ਨੌਲੇਜ ਵਿੱਚ ਆਉਂਦਾ ਕਿ ਇਹ ਟ੍ਰਾਂਸਫਰ ਗਲਤ ਸੀਗਾ, ਇਲੀਗਲ ਸੀਗਾ। ਯਾਨੀ ਕਿ ਸਿਰਫ ਐਨਓਸੀ ਜੇ ਬਾਕੀ ਸਾਰੇ ਬ੍ਰਦਰ ਸਿਸਟਰਸ ਜਿਹੜੇ ਨੇ ਉਹ ਦੇ ਦੇਣ ਤਾਂ ਫਿਰ ਜਿਹੜੀ ਵਿਲ ਹੈ ਉਹ ਵੈਲਿਡ ਮੰਨੀ ਜਾਏਗੀ? ਬਿਲਕੁਲ, ਅਨਲੈਸ ਐਂਡ ਅੰਟਿਲ ਜੇ ਇੱਕ ਵੀ ਲੀਗਲ ਏਅਰ ਮਨਾ ਕਰਦਾ ਹੈ ਕਿ ਮੈਂ ਐਨਓਸੀ ਨਹੀਂ ਦੇ ਰਿਹਾ ਤੇ ਉਹਨੂੰ ਵਿਲ ਨੂੰ ਪ੍ਰੂਫ ਕਰਨਾ ਪਏਗਾ, ਪ੍ਰੋਬੇਟ ਕਰਾਉਣਾ ਪਏਗਾ ਪ੍ਰੋਪਰਲੀ। ਜੀ ਜੀ, ਇਸ ਸਿਲਸਿਲੇ ਦੇ ਵਿੱਚ ਇੱਕ ਵਾਰ ਕਈ ਮੁੱਦਿਆਂ 'ਚ ਐਵੇਂ ਵੀ ਹੁੰਦਾ ਜਿਵੇਂ ਆਪਾਂ ਜ਼ਿਕਰ ਕਰਦੇ ਕਿ ਰਿਮੋਟ ਏਰੀਆਸ ਦੇ ਵਿੱਚ ਬਹੁਤ ਵਾਰ ਐਵੇਂ ਹੁੰਦਾ ਕਿ ਜਿਹੜੇ ਭਰਾ ਨੇ ਉਹ ਭੈਣਾਂ ਨੂੰ ਇਹ ਵੀ ਕਹਿ ਦਿੰਦੇ ਕਿ ਤੁਹਾਡੇ ਅਸੀਂ ਜਿਹੜੇ ਆ ਦੁੱਖ ਸੁੱਖ ਜਿਹੜੇ ਉਹ ਅਸੀਂ ਦੇਖਣੇ ਆ ਜਾਂ ਜਿਹੜੇ ਦਿਨ ਤਿਉਹਾਰ ਜਿਹੜੇ ਨੇ ਆਮ ਤੌਰ 'ਤੇ ਉਹ ਅਸੀਂ ਦੇਖਣੇ ਆ, ਤਾਂ ਜਿਹੜੀਆਂ ਸਿਸਟਰਸ ਨੇ ਉਹਨਾਂ ਕੋਲੋਂ ਐਨਓਸੀਜ਼ ਜਿਹੜੀਆਂ ਉਹ ਨਹੀਂ ਲਈਆਂ ਜਾਂਦੀਆਂ, ਕੀ ਇਹ ਲੰਬੇ ਦੌਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਜਾਂ ਫਿਊਚਰ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਸਾਰਥਕ ਆ ਇਹ? ਬਿਲਕੁਲ, ਇਹ ਫਸਟ ਆਫ ਆਲ ਗਲਤ ਹੈਗਾ ਜੀ। 2003 ਵਿੱਚ ਲਾਅ ਆ ਗਿਆ ਸੀ, ਹੁਣ ਤੇ ਕਾਫੀ ਪੁਰਾਣਾ 17 ਇਅਰਸ ਪੁਰਾਣਾ ਲਾਅ ਹੋ ਚੁੱਕਿਆ। ਸੁਪਰੀਮ ਕੋਰਟ ਦੀ ਜਜਮੈਂਟ ਰਹੀ ਹੈ ਕਿ ਡਾਟਰਸ ਦਾ ਪ੍ਰੋਪਰ ਇਕੁਅਲ ਰਾਈਟ ਹੈਗਾ ਐਜ਼ ਅ ਅਨਦਰ ਐਨੀ ਅਦਰ ਲੀਗਲ ਏਅਰ, ਤੇ ਜੇ ਕਿਹਾ ਜਾਂਦਾ ਕਿ ਵੀ ਡਾਟਰਸ ਦਾ ਐਨਓਸੀ ਲੈਣਾ ਜ਼ਰੂਰੀ ਨਹੀਂ, ਸਿਸਟਰ ਦਾ ਐਨਓਸੀ ਲੈਣਾ ਜ਼ਰੂਰੀ ਨਹੀਂ, ਉਹ ਕੰਪਲੀਟਲੀ ਆਪਣੇ ਦਿਮਾਗ ਵਿੱਚ ਸਾਰੇ ਕਲੀਅਰ ਕਰ ਲੈਣ ਕਿ ਉਹ ਇੱਕ ਇਲੀਗਲ ਪ੍ਰੋਸੈਸ ਆਪਟ ਕੀਤਾ ਜਾ ਰਿਹਾ, ਤੇ ਕਦੇ ਵੀ ਜਦ ਵੀ ਤੁਹਾਡਾ ਮਨ ਚਾਹੇ ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ। ਤੁਹਾਨੂੰ ਜੇ ਤੁਸੀਂ ਐਨਓਸੀ ਤੁਹਾਡੇ ਤੋਂ ਲਏ ਬਿਨਾਂ ਟ੍ਰਾਂਸਫਰ ਹੋਈ ਹੈ ਪ੍ਰੋਪਰਟੀ, ਕੋਰਟ ਉਹਨੂੰ ਵਿਦਨ ਵਿਦਨ ਇਮੀਡੀਏਟ ਬੜੇ ਸਮਰੀ ਟ੍ਰਾਇਲ ਦੇ ਥਰੂ ਉਹਨੂੰ ਡਿਕਲੇਅਰ ਕਰ ਦੇਗਾ ਕਿ ਇਹ ਇਲੀਗਲ ਹੋਇਆ ਟ੍ਰਾਂਸਫਰ। ਜੀ ਜੀ, ਤੁਹਾਡਾ ਇਕੁਅਲ ਰਾਈਟ ਹੈਗਾ ਜੀ ਪ੍ਰੋਪਰਟੀ ਦੇ ਵਿੱਚ। ਸਰ, ਇਸੇ ਵਿਸ਼ੇ ਤੇ ਆਪਾਂ ਗੱਲ ਕਰਾਂਗੇ, ਉਸ ਤੋਂ ਪਹਿਲਾਂ ਇੱਕ ਕਾਲ ਜਿਹੜੀ ਆਪਣੇ ਕੋਲ ਲੈ ਲਈਏ ਆਪਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਬੋਲ ਰਹੇ ਹੋ ਸਰ? मैं भारत बोल रहा हूँ, कैलिफोर्निया से। जी हाँ, मेरा क्वेश्चन है ये, मेरी ना एक प्रॉपर्टी है तो वो उसकी मैंने पावर ऑफ अटर्नी दी थी तो मेरे रिलेटिव्स ने वो बेच दी, तो ऐसा हो सकता है क्या कुछ? जी, ਇਹਨਾਂ ਦੀ ਜਿਹੜੀ ਪਾਵਰ ਆਫ ਅਟਰਨੀ ਸੀ ਉਹ ਆਈ ਥਿੰਕ ਇਹਨਾਂ ਨੇ ਆਪਣੇ ਕਿਸੇ ਰਿਲੇਟਿਵ ਨੂੰ ਦਿੱਤੀ ਸੀ ਭਰਤ ਜੀ, ਤੇ ਉਹਨਾਂ ਨੇ ਪ੍ਰਾਪਰਟੀ ਸੇਲ ਕਰ ਦਿੱਤੀ, ਰਾਈਟ? ਹਾਂਜੀ 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 ਜੀ। ਇਹਦਾ ਸੋਲੂਸ਼ਨ ਸਰ ਤੁਸੀਂ ਕੀ ਐਡਵਾਈਸ ਕਰੋਗੇ? ਜੀ, ਪਾਵਰ ਆਫ ਅਟਾਰਨੀ ਵਿੱਚ ਇਹਨਾਂ ਤੋਂ ਪੁੱਛਣਾ ਜ਼ਰੂਰੀ ਹੈ ਕਿ ਪਾਵਰ ਆਫ ਅਟਾਰਨੀ ਵਿੱਚ ਸੇਲਿੰਗ ਦੀ ਰਾਈਟ ਦਿੱਤੀ ਸੀ ਤੁਸੀਂ ਉਹਨੂੰ ਜਿਹਨੂੰ ਦਿੱਤੀ ਸੀ? ਓਕੇ, ਇਹਨਾਂ ਦੀ ਕਾਲ ਜਿਹੜੀ ਉਹ ਡਿਸਕਨੈਕਟ ਹੋ ਗਈ ਹੈ, ਮੇਬੀ ਸ਼ਾਇਦ ਦਿੱਤੀ ਹੋਵੇ ਜਾਂ ਨਾ ਦਿੱਤੀ ਹੋਵੇ। ਭਰਤ ਜੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਬਿਕੋਜ਼ ਜਿਹੜਾ ਸਵਾਲ ਤੁਹਾਡੇ ਵੱਲ ਪੈਂਡਿੰਗ ਹੈਗਾ ਕਿ ਜਿਹੜੀ ਤੁਸੀਂ ਪਾਵਰ ਆਫ ਅਟਰਨੀ ਬਣਾਈ ਸੀ ਉਹਦੇ ਵਿੱਚ ਸੈਲਿੰਗ ਰਾਈਟ ਤੁਸੀਂ ਦਿੱਤਾ ਸੀ ਆਪਣੇ ਰਿਲੇਟਿਵ ਨੂੰ ਜਾਂ ਨਹੀਂ ਦਿੱਤਾ ਸੀ? ਔਰ ਚਲੋ ਆਪਾਂ ਇਹਦੇ ਬਾਰੇ ਡਿਸਕਸ ਕਰ ਹੀ ਲੈਂਦੇ ਹਾਂ ਕਿ ਜੇ ਦਿੱਤਾ ਹੋਵੇ ਤਾਂ ਫਿਰ ਵੈਲਿਡ ਆ ਜਾਂ ਜੇ ਨਾ ਦਿੱਤਾ ਹੋਵੇ ਤਾਂ ਫਿਰ ਕੀ ਸੋਲੂਸ਼ਨ ਹੈਗਾ?
ਜੀ ਪਾਵਰ ਆਫ ਅਟਾਰਨੀ ਦੇ ਕੰਟੈਂਟਸ ਬੜੇ ਮੈਟਰ ਕਰਦੇ ਨੇ ਇਦਾਂ ਦੇ ਕੇਸਿਸ ਵਿੱਚ ਜੇ ਪਾਵਰ ਆਫ ਅਟਾਰਨੀ ਅੱਜ ਕੱਲ ਜਿਹੜੇ ਬੰਦੀਆਂ ਨੇ ਸਪੈਸੀਫਿਕਲੀ ਮੈਂ ਮੈਂਸ਼ਨ ਕਰਾਂਗਾ ਪੰਜਾਬ ਵਿੱਚ ਜਿਹੜੀ ਬੰਦੀਆਂ ਨੇ ਬੜੀ ਹੀ ਜਨਰਲ ਪਾਵਰ ਆਫ ਅਟਾਰਨੀ ਬਣ ਜਾਂਦੀ ਹੈ ਜਿੰਦੇ ਵਿੱਚ ਲਿਖਿਆ ਹੀ ਨਹੀਂ ਹੁੰਦਾ ਕਿ ਸੇਲਿੰਗ ਰਾਈਟ ਅਸੀਂ ਦੇ ਰਹੇ ਹਾਂ ਜੀ ਤੇ ਉਹਦੇ ਲਈ ਦੋ ਤਿੰਨ ਰਿਕੁਆਇਰਮੈਂਟਸ ਹੁੰਦੀਆਂ ਨੇ ਇੱਕ ਤੇ ਉਹ ਪ੍ਰੋਪਰਲੀ ਜੇ ਬਾਹਰੋਂ ਕਿਸੇ ਨੇ ਪਾਵਰ ਆਫ ਅਟਾਰਨੀ ਦਿੱਤੀ ਹੈ ਇਟ ਇਜ਼ ਐਸੈਂਸ਼ੀਅਲ ਕਿ ਉਹ ਬਾਹਰੋਂ ਜੇ US ਤੋਂ ਆ ਰਹੀ ਹੈ ਤੇ ਹੋਮਲੈਂਡ ਡਿਪਾਰਟਮੈਂਟ ਤੋਂ ਤੇ ਨੋਟਰੀ ਤੋਂ ਇੱਕ ਅਟੈਸਟ ਹੋ ਕੇ ਤੇ ਅਪੋਸਟਾਈਲ ਹੋ ਕੇ ਇੰਡੀਆ ਵਿੱਚ ਆਏ ਫਿਰ ਉਹਨੂੰ ਇੱਥੇ ਇੰਡੀਆ ਵਿੱਚ ਲੋਕਲ ਜਿਹੜੇ ਲੋਕਲ ਜਿਹੜਾ ਡਿਸਟ੍ਰਿਕਟ ਦਾ ਕਲੈਕਟਰ ਹੈਗਾ ਉਹਨੂੰ ਐਂਡੋਰਸ ਕਰਕੇ ਕੋਰਟ ਫੀ ਦਿੱਤੀ ਜਾਏ ਤੇ ਉਹਦੇ ਕੰਟੈਂਟਸ ਵਿੱਚ ਕਲੀਅਰ ਕੱਟ ਲਿਖਿਆ ਜਾਏ ਕਿ ਵੀ ਹਾਂਜੀ ਇਹ ਪਾਵਰ ਆਫ ਅਟਾਰਨੀ ਇਸ ਕਰਕੇ ਦਿੱਤੀ ਹੈ ਕਿ ਪ੍ਰੋਪਰਟੀ ਨੂੰ ਸੇਲ ਕੀਤਾ ਜਾਏ ਜੀ ਤੇ ਉਸ ਕਰਕੇ ਉਸ ਟਾਈਮ ਤੇ ਪ੍ਰੋਪਰਟੀ ਸੇਲ ਆਊਟ ਕੀਤੀ ਜਾ ਸਕਦੀ ਹੈ ਪਰ ਸਟਿਲ ਜਿਹੜੇ ਫੰਡਸ ਹੈਗੇ ਉਹ ਓਰੀਜਨਲ ਬਾਇਰ ਸੇਲਰ ਕੋਲ ਹੀ ਜਾਣੇ ਨੇ ਵਾਪਸ ਜੇ ਕਿਸੇ ਨੇ ਇਹ ਸਾਰੀ ਚੀਜ਼ਾਂ ਦੇ ਮਿਸਿੰਗ ਵਿੱਚ ਐਬਸੈਂਸ ਵਿੱਚ ਉਹ ਪ੍ਰੋਪਰਟੀ ਸੇਲ ਕਰ ਦਿੱਤੀ ਹੈ ਤੇ ਉਹ ਗਲਤ ਹੈਗਾ ਤੇ ਉਹ ਫਿਰ ਅਗੇਨ ਉਹ ਚੀਟਿੰਗ ਹੋ ਜਾਂਦੀ ਹੈ ਜੀ ਜੀ ਆਪਾਂ ਗੱਲ ਕਰ ਰਹੇ ਸੀ ਕਿ ਵਿਮੈਨਸ ਦਾ ਜਿਹੜਾ ਰਾਈਟ ਹੈਗਾ ਪ੍ਰੋਪਰਟੀ ਦੇ ਵਿੱਚ ਉਹ ਪੂਰਾ ਰਾਈਟ ਹੈ ਬਰਾਬਰ ਦਾ ਬਟ ਬਹੁਤ ਵਾਰ ਐਵੇਂ ਹੁੰਦਾ ਕਿ ਜਦੋਂ ਡਿਵੀਜ਼ਨ ਹੋ ਰਹੀ ਹੁੰਦੀ ਹੈ ਮੰਨ ਤੁਸੀਂ ਵਸੀਅਤ ਦੀ ਗੱਲ ਕੀਤੀ ਹੈ ਵਸੀਅਤ ਦੇ ਜ਼ਰੀਏ ਜਦੋਂ ਡਿਵੀਜ਼ਨ ਹੋਈ ਹੈ ਉਦੋਂ ਉਹਨਾਂ ਨੇ ਐਨਓਸੀ ਦੇ ਦਿੱਤੀ ਪਰ ਕੁਛ ਟਾਈਮ ਬਾਅਦ ਕੁਛ ਸਾਲ ਬਾਅਦ ਉਹਨਾਂ ਨੂੰ ਰਿਅਲਾਈਜ਼ ਹੁੰਦਾ ਕਿ ਜਿਹੜਾ ਸਾਡਾ ਹੱਕ ਹੈ ਸਾਡੇ ਮਾਂ ਬਾਪ ਦੀ ਜਾਇਦਾਦ ਦੇ ਵਿੱਚ ਸਾਡਾ ਬਣਦਾ ਸੀ ਅਤੇ ਅਸੀਂ ਲਿਆ ਨਹੀਂ ਕੀ ਦੁਬਾਰਾ ਉਹ ਕਰ ਸਕਦੇ ਨੇ ਫਾਈਲ ਇਸ ਕੇਸ 'ਚ ਦੇਖੋ ਜੀ ਪਹਿਲੇ ਤੇ ਐਨਓਸੀ ਨੂੰ ਕਲੀਅਰਲੀ ਇੰਟਰਪ੍ਰੀਟ ਕਰਨਾ ਜ਼ਰੂਰੀ ਹੈ ਕਿ ਐਨਓਸੀ ਦਾ ਮਤਲਬ ਕੀ ਹੈ ਇੱਕ ਉਹ ਸਿੰਪਲ ਇੱਕ ਨਾਰਮਲ ਡਾਕੂਮੈਂਟ ਨਹੀਂ ਹੈਗਾ 90% ਜਿਹੜੇ ਡਿਪਾਰਟਮੈਂਟਸ ਹੈਗੇ ਤੇ ਕੋਰਟ ਜਿਹੜੇ ਹੈਗੇ ਉਹ ਐਮਫਸਾਈਜ਼ ਕਰਦੇ ਨੇ ਕਿ ਉਸ ਬੰਦੇ ਨੇ ਪਰਸਨਲੀ ਵਿਜ਼ਿਟ ਕਰਨਾ ਹੈ ਉਸ ਡਿਪਾਰਟਮੈਂਟ ਵਿੱਚ ਤੇ ਆਪਣੀ ਔਨ ਓਥ ਕੰਸੈਂਟ ਦੇਣੀ ਹੈ ਕਿ ਹਾਂਜੀ ਮੈਂ ਨੋ ਓਬਜੈਕਸ਼ਨ ਦੇ ਰਿਹਾ ਇਹ ਪ੍ਰੋਪਰਟੀ ਦੇ ਵਿੱਚ ਮੈਂ ਆਪਣਾ ਸ਼ੇਅਰ ਨੂੰ ਰਿਲਿੰਕਿਸ਼ ਕਰਨਾ ਚਾਹੁੰਦਾ ਤੇ ਇਸ ਪ੍ਰੋਪਰਟੀ ਨੂੰ ਇਹਦੇ ਇਸ ਪਾਰਟਿਕੂਲਰ ਥਰਡ ਬੰਦੇ ਦੇ ਨਾਂ ਤੇ ਟ੍ਰਾਂਸਫਰ ਕਰ ਦਿੱਤਾ ਜਾਏ ਜੇ ਇਹ ਚੀਜ਼ ਐਬਸੈਂਟ ਹੈਗੀ ਤੇ ਸਿਰਫ ਇੱਕ ਨਾਰਮਲ ਡਾਕੂਮੈਂਟ ਹੈਗਾ ਤਾਂ ਵੀ ਉਹਨੂੰ ਲੇਟਰ ਔਨ ਚੈਲੰਜ ਕੀਤਾ ਜਾ ਸਕਦਾ ਕਿ ਵੀ ਮੈਨੂੰ ਇਨਫਲੂਐਂਸ ਵਿੱਚ ਜਾਂ ਕਿਸੇ ਦਬਾਅ ਦੇ ਵਿੱਚ ਆ ਕੇ ਮੈਨੂੰ ਸਾਈਨ ਕਰਾਇਆ ਗਿਆ ਸੀ ਤੇ ਮੈਂ ਹੁਣ ਆਪਣਾ ਸ਼ੇਅਰ ਨੂੰ ਆਪਣੀ ਰਾਈਟ ਨੂੰ ਕਲੇਮ ਕਰਨਾ ਚਾਹੁੰਦਾ ਬਿਲਕੁਲ ਉਹਦਾ ਸੋਲੂਸ਼ਨ ਹੈਗਾ ਡਿਕਲੇਰੇਸ਼ਨ ਸੂਟ ਹੁੰਦਾ ਸੋਲੂਸ਼ਨ ਨਿਕਲਦਾ ਜੀ ਸਿਵਲ ਰੈਮਡੀ ਜੀ ਜੀ ਜਦੋਂ ਪ੍ਰੋਪਰਟੀ ਡਿਸਪਿਊਟ ਦੀ ਗੱਲ ਕਰਦੇ ਹਾਂ ਫੀਮੇਲਸ ਦੇ ਰਿਲੇਟਡ ਮੈਂ ਚਾਹੁੰਦੀ ਹਾਂ ਕਿ ਤੁਸੀਂ ਥੋੜ੍ਹਾ ਜਿਹਾ ਇਹ ਇਸ ਬਾਰੇ ਜ਼ਰੂਰ ਐਕਸਪਲੇਨ ਕਰੋ ਕਿ ਜਿਹੜਾ ਫੀਮੇਲਸ ਦਾ ਰਾਈਟ ਹੈਗਾ ਐਨਸੈਸਟਰਲ ਪ੍ਰੋਪਰਟੀ ਦੇ ਵਿੱਚ ਉਹ ਕਿਸ ਹਿਸਾਬ ਦੇ ਨਾਲ ਹੁੰਦਾ ਹੈ ਦੇਖੋ ਜੀ ਬਿਲਕੁਲ ਉਹਨੂੰ ਇੱਕ ਬਿਲਕੁਲ ਸ਼ਾਰਟ ਤੇ ਕ੍ਰਕਸ ਵਿੱਚ ਜੇ ਐਕਸਪਲੇਨ ਕਰਨਾ ਹੋਵੇ ਤਾਂ ਉਹਨੂੰ ਤੁਸੀਂ ਸਮਝ ਲਓ ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਇੱਕ ਮੇਲ ਆਪਣੇ ਸਨ ਵਿੱਚ ਤੇ ਇੱਕ ਇੱਕ ਡਾਟਰ ਵਿੱਚ ਕੋਈ ਡਿਫਰੈਂਸ ਨਹੀਂ ਹੈਗਾ ਮੇਲ ਫੀਮੇਲ ਵਿੱਚ ਕੋਰਟਸ ਇਜ਼ ਗੋਇੰਗ ਟੂ ਸੀ ਇਟ ਐਜ਼ ਅ ਲੀਗਲ ਲੇਅਰ ਜੇ ਕਿਸੇ ਦਾ ਇੱਕ ਬੇਟਾ ਹੈਗਾ ਤੇ ਇੱਕ ਬੇਟੀ ਹੈਗੀ ਤੇ ਕੋਰਟ ਇਜ਼ ਗੋਇੰਗ ਟੂ ਸੀ ਦੇਰ ਆਰ ਟੂ ਲੀਗਲ ਲੇਅਰਸ ਉਹਨਾਂ ਨੇ ਮੇਲ ਤੇ ਫੀਮੇਲ ਵਿੱਚ ਕੋਈ ਡਿਫਰੈਂਸ਼ੀਏਟ ਨਹੀਂ ਕਰਨਾ ਤੇ ਇਕੁਅਲ ਰਾਈਟ ਹੈ ਇਕੁਅਲ ਸ਼ੇਅਰ ਹੈ ਪ੍ਰੋਪਰਟੀ ਵਿੱਚ ਜੀ ਬੜੇ ਸ਼ਾਰਟ ਵਿੱਚ ਇਹ ਚੀਜ਼ ਨੂੰ ਲੈ ਕੇ ਰੱਖਣਾ ਆਪਣੇ ਦਿਮਾਗ ਵਿੱਚ ਜੀ ਮਤਲਬ ਕਿ ਜਿਹੜੀ ਕਲੈਰਿਟੀ ਹੈ ਉਹ ਪ੍ਰੋਪਰਟੀ ਦੇ ਹਿਸਾਬ ਦੇ ਨਾਲ ਆਪ ਨੂੰ ਵੀ ਹੋਣੀ ਚਾਹੀਦੀ ਹੈ ਕਿ ਐਕਚੁਅਲ 'ਚ ਸਾਡੀ ਜਿਹੜੀ ਪ੍ਰੋਪਰਟੀ ਹੈ ਉਹ ਕਿੰਨੀ ਹੈ ਪ੍ਰੋਪਰਟੀ ਡੈਫੀਨਿਟਲੀ ਜਿੰਨੀ ਹੈਗੀ ਉਹ ਤੇ ਕਲੀਅਰ ਹੋਣਾ ਹੀ ਚਾਹੀਦਾ ਪਰ ਜੇ ਕਿਸੇ ਦੀ ਜੇ ਫਾਦਰ ਦੀ ਡੈਥ ਹੋ ਗਈ ਹੈ ਫੋਰ ਐਗਜ਼ਾਮਪਲ ਇਹ ਐਨਸੈਸਟਰਲ ਪ੍ਰੋਪਰਟੀ ਹੈ ਇੱਕ ਪਹਿਲੇ ਦਾ ਇੱਕ ਪ੍ਰਿੰਸੀਪਲ ਚਲਾ ਆ ਰਿਹਾ ਕਿ ਵੀ ਡਾਟਰਸ ਦਾ ਕੋਈ ਹੱਕ ਨਹੀਂ ਸੀਗਾ ਤੇ ਜਿਹੜੇ ਮੇਲ ਜਿਹੜੇ ਜਿਹੜੇ ਸੰਸ ਹੁੰਦੇ ਸੀ ਉਹ ਆਪਸ ਵਿੱਚ ਡਿਵਾਈਡ ਕਰ ਲੈਂਦੇ ਸੀ ਵਿਦਾਊਟ ਇਵਨ ਦੀ ਨੋਲੇਜ ਜਾਂ ਵਿਦਾਊਟ ਇਵਨ ਦੀ ਕੰਸੈਂਟ ਆਫ ਦੀ ਡਾਟਰਸ ਜਾਂ ਫੀਮੇਲ ਜਿਹੜੇ ਲੀਗਲ ਹੇਅਰਸ ਹੁੰਦੇ ਸੀ ਕਈ ਵਾਰੀ ਅਸੀਂ ਦੇਖਿਆ ਕਿ ਮਦਰ ਨੂੰ ਜਾਂ ਵਾਈਫ ਨੂੰ ਐਕਸਕਲੂਡ ਕੀਤਾ ਜਾਂਦਾ ਪਰ ਇਦਾਂ ਦਾ ਕੁਝ ਨਹੀਂ ਹੈ ਇਨ ਦੀ ਆਈਜ਼ ਆਫ ਲਾਅ ਜਿਹੜੇ ਕੋਰਟਸ ਦੇ ਰੂਲਸ ਹੈਗੇ ਰੈਗੂਲੇਸ਼ਨਸ ਹੈਗੇ ਬੜੇ ਕਲੀਅਰ ਨੇ ਕਿ ਸਾਰਿਆਂ ਦਾ ਬਰਾਬਰ ਦਾ ਹਿੱਸਾ ਰਹੇਗਾ ਜੀ ਸਰ ਕਾਲ ਆਪਾਂ ਲੈ ਲੈਂਦੇ ਹਾਂ ਜੀ ਇੱਕ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੌਣ ਬੋਲ ਰਹੇ ਹੋ ਸਰ ਤੇ ਕੀ ਸਵਾਲ ਹੈ ਤੁਹਾਡਾ ਮੈਂ ਹੈਰੀ ਬੋਲ ਰਿਹਾ ਜੀ ਜੀ ਤੇ ਮੈਂ ਨਾ ਇੱਕ ਗੱਲ ਪੁੱਛਣੀ ਸੀ ਕਿ ਮੈਨੂੰ 8-10 ਸਾਲ ਪਹਿਲਾਂ ਮਦਰ ਦੀ ਡੈਥ ਹੋ ਗਈ ਸੀ ਤੇ ਐਕਚੁਅਲੀ ਪ੍ਰੋਪਰਟੀ ਜਿਹੜਾ ਮੇਰਾ ਮਕਾਨ ਸੀ ਉਹਨਾਂ ਦੇ ਨਾਮ ਹੈ ਤੇ ਮੈਂ ਇੱਥੇ ਕੈਲੀਫੋਰਨੀਆ ਰਹਿ ਰਿਹਾ ਤੇ ਮੈਂ ਪੁੱਛਣਾ ਸੀ ਕਿ ਮੈਨੂੰ ਉਹਨੂੰ ਆਪਣੇ ਨਾਮ ਤੇ ਕਰਵਾਉਣ ਦੇ ਲਈ ਇੰਡੀਆ ਜਾਣਾ ਜ਼ਰੂਰੀ ਹੈ ਜਾਂ ਇੱਥੋਂ ਹੀ ਕੁਝ ਐਸਾ ਹੋ ਸਕਦਾ ਕਿ ਮੈਂ ਉਹਨੂੰ ਆਪਣੇ ਨਾਮ ਤੇ ਕਰਵਾ ਸਕਾਂ ਜੀ ਕੀ ਕਹਿਣਾ ਚਾਹੋਗੇ ਸਰ ਇਸ ਬਾਰੇ ਤੁਸੀਂ ਮੰਗਾ ਲੇਗਾ ਤੇ ਮਿਊਨਿਸਪਲ ਡਿਪਾਰਟਮੈਂਟ ਵਿੱਚ ਪਲੱਸ ਲੈਂਡ ਡਿਪਾਰਟਮੈਂਟ ਵਿੱਚ ਪ੍ਰੋਪਰਟੀ ਟ੍ਰਾਂਸਫਰ ਕਰਕੇ ਇਹਨਾਂ ਦੇ ਨਾਂ ਤੇ ਚੜਾ ਦਿੱਤੀ ਜਾਏਗੀ ਬਿਲਕੁਲ ਇਹਨਾਂ ਦੀ ਪਰਸਨਲ ਪ੍ਰੈਜ਼ੈਂਸ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਜੇ ਉਹਨਾਂ ਦੀ ਡੈਥ ਹੋ ਗਈ ਹੈ ਫਾਦਰ ਦੀ ਮਦਰ ਦੀ ਜੀ 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 ਓਕੇ ਚਲੋ ਬੇਸਿਕ ਡਾਕੂਮੈਂਟਸ ਚਾਹੀਦੇ ਹੋਣਗੇ ਡੈਥ ਸਰਟੀਫਿਕੇਟ ਵਗੈਰਾ ਹੋਰ ਕੁਝ ਨਹੀਂ ਚਾਹੀਦਾ ਜੀ
ऑल राइट सर, ठीक है जी, नेक्स्ट कॉल आप ले लेने हैं जी। हेलो हेलो, हाँ जी सत श्री अकाल जी। हाँ जी सत श्री अकाल जी, असीं कैनेडा तो गल कर रहे हैं। जी जी मैम, की सवाल है जी थोड़ा? हाँ जी, मेरा सवाल ये सीगा कि असीं इत्थे कैनेडा आउंदे ते साडी प्रॉपर्टीज हैगी है, रेंटल प्रॉपर्टीज हैगी इंडिया पंजाब विच जी, पर एक तो असीं इत्थे आउंदे सानूं किरायेदार किराए नहीं दिंदे, जदों असीं जांदे आ तां वी उह बहाने अजकल दे 2-3 महीने जिहड़ा रहना हुंदा इदां ही उन्हां ने साडा टाइम खराब कर दिया, उह किराए दिंदे नहीं, जे 20 लेने तो 5 दित्ते, वो भी रो रो के जिन्हों कहते हैं। पर फिर असी हम मैं समझ नहीं आ रहा कि असी खाली किदा करवाइए, क्योंकि बड़ी टेंशन होती है, जी कोर्ट जाओ तो कोर्ट दे तुहानू पता उत्थे इंडिया में कोर्ट दे काम भी केड़े छोटे होंगे, इंडिया में फिर सालों साल सालों साल अभी तो जिंदगी फोटो में निकल जाती है। ते मैं पूछना सी कि वकील साहब को लॉर्ड साहब को कि किस तरह ये हो सकता कि अपनी रेंटल प्रॉपर्टी किदा खाली करवाइए। जी हाँ जी, ਇਹਦੇ ਵਿੱਚ ਦੇਖੋ ਜੀ ਕੁਛ ਵੀ ਨਹੀਂ ਕਰਨਾ ਤੁਸੀਂ, ਜੇ ਲੀਜ਼ ਖਤਮ ਹੋ ਚੁੱਕੀ ਹੈ ਤੇ ਤੁਹਾਨੂੰ ਇੱਕ ਨਾਰਮਲ ਨੋਟਿਸ ਦੇਣਾ, ਜੇ ਲੀਜ਼ ਦੇ ਐਕਸਪਾਇਰੀ ਦੇ ਬਾਅਦ ਜੇ ਕੋਈ ਟੈਨੈਂਟ ਉੱਥੇ ਬੈਠਾ ਤੇ ਉਹ ਮੰਥ ਟੂ ਮੰਥ ਟੈਨੈਂਸੀ ਹੋ ਜਾਂਦੀ ਹੈ, ਉਹਨੂੰ ਤੁਸੀਂ ਟਰਮੀਨੇਟ ਕਰਨਾ ਹੈ ਕਿ ਬਈ ਇਸ ਮੰਥ ਦੀ ਐਂਡ ਤੇ ਤੁਹਾਡੀ ਟੈਨੈਂਸੀ ਟਰਮੀਨੇਟ ਹੋਏਗੀ। ਨਾਰਮਲ ਜਾਂ ਇੱਕ ਸੂਟ ਫੋਰ ਐਵਿਕਸ਼ਨ ਜਾਂ ਸੂਟ ਫੋਰ ਪੋਜੀਸ਼ਨ ਫਾਈਲ ਕੀਤਾ ਜਾ ਸਕਦਾ ਕੋਰਟ ਵਿੱਚ, ਤੇ ਕੋਈ ਉਹਦੇ ਵਿੱਚ ਕੋਈ ਲੰਬਾ ਨਹੀਂ ਚੱਲਣਾ ਕੇਸ, ਵਿਦਇਨ 8-9 months, 10 months ਵਿੱਚ ਫੈਸਲਾ ਹੋ ਜਾਂਦਾ ਤੇ ਟੈਨੈਂਟ ਨੂੰ ਉਠਾ ਕੇ ਬਾਹਰ ਸੁੱਟ ਦਿੱਤਾ ਜਾਏਗਾ ਇਹਦੇ ਵਿੱਚ, ਜੇ ਉਹ ਰੈਂਟ ਵੀ ਨਹੀਂ ਪੇ ਕਰ ਰਿਹਾ। ਇਟਸ ਅ ਵੈਰੀ ਵੈਲਿਡ ਗਰਾਊਂਡ ਕਿ ਜੇ ਤੁਹਾਨੂੰ ਟੈਨੈਂਟ ਰੈਂਟ ਹੀ ਨਹੀਂ ਪੇ ਕਰ ਰਿਹਾ ਤੇ ਤੁਹਾਨੂੰ ਤੁਸੀਂ ਉਹਨੂੰ ਇਵਿਕਟ ਕਰ ਸਕਦੇ ਹੋ। ਸਪੈਸੀਫਿਕਲੀ ਜਦ ਐਨਆਰਆਈਜ਼ ਹੁੰਦੇ ਨੇ ਤੇ ਟੈਨੈਂਟ ਤੇ ਇੱਕ ਪ੍ਰੋਪਰ ਬਰਡਨ ਆ ਜਾਂਦਾ ਕਿ ਵੀ ਉਹਨੂੰ ਦਿਖਾਉਣਾ ਪੈਂਦਾ ਕਿ ਵੀ ਮੈਂ ਰੈਂਟ ਦਿੱਤਾ ਹੈ, ਉਹਨੂੰ ਰਿਸੀਟਸ ਹੋਣੀਆਂ ਚਾਹੀਦੀਆਂ ਉਹਦੇ ਕੋਲ, ਨਹੀਂ ਤੇ ਆਨਲਾਈਨ ਟ੍ਰਾਂਜੈਕਸ਼ਨ ਦਿਖਾਉਣੀ ਪਏਗੀ ਕਿ ਮੈਂ ਰੈਂਟ ਭੇਜਿਆ, ਜਿਹੜੀ ਕਿ ਜਿਹੜੇ ਇਹਨਾਂ ਨੇ ਕਾਲਰ ਸੀਗੇ ਇਹਨਾਂ ਦੇ ਕੇਸ ਵਿੱਚ ਉਹ ਦਿਖਾ ਨਹੀਂ ਪਾਏਗਾ, ਤੁਹਾਨੂੰ ਕੋਰਟ ਐਵਿਕਸ਼ਨ ਆਰਡਰ ਪਾਸ ਕਰ ਦੇਗਾ ਇਮੀਡੀਏਟਲੀ। 8-10 months ਮੈਕਸਿਮਮ 12 months ਦਾ ਪੀਰੀਅਡ ਚਾਹੀਦਾ ਜੀ ਇਹਦੇ ਵਿੱਚ। ਜੀ ਮੈਮ, ਤੁਸੀਂ ਕੁਝ ਹੋਰ ਪੁੱਛਣਾ ਚਾਹੋਗੇ? ਨਹੀਂ ਬਸ ਇਹੀ ਹੈ, ਇੱਥੇ ਬੈਠੇ ਬੈਠੇ ਸਿਰਫ ਇੱਕੋ ਹੀ ਟੈਨਸ਼ਨ ਹੁੰਦੀ ਹੈ, ਇਹੀ ਪੁੱਛਣ ਦੀ ਹੁੰਦੀ। ਜੀ ਇੱਕ ਸਕਿੰਟ, ਤੁਹਾਡੀ ਲਾਅ ਫਰਮ ਕਰ ਸਕਦੀ ਹੈ ਜਲੰਧਰ ਕੰਮ ਕਰ, ਇਹਨਾਂ ਦੇ ਹੈ ਆਫਿਸ? ਬਿਲਕੁਲ ਬਿਲਕੁਲ, ਸਾਡਾ ਜਲੰਧਰ ਲੋਕਲ ਆਫਿਸ ਵੀ ਹੈਗਾ ਜੀ, ਬਿਲਕੁਲ ਅਸੀਂ ਜਲੰਧਰ ਕਰਦੇ ਹਾਂ ਜੀ, 8-12 ਮਹੀਨੇ ਵਿੱਚ ਉਹ ਵਿਕਟ ਕੀਤਾ ਜਾਏਗਾ, ਕੋਈ ਪ੍ਰੋਬਲਮ ਨਹੀਂ ਆਉਂਦਾ। ਜੀ ਓਕੇ, ਥੈਂਕ ਯੂ ਸਰ, ਥੈਂਕ ਯੂ ਜੀ। ਮੈਮ ਤੁਸੀਂ ਇਹਨਾਂ ਨਾਲ ਜਿਹੜਾ ਇਹਨਾਂ ਦਾ ਇੰਡੀਆ ਦਾ ਨੰਬਰ ਹੈਗਾ ਇਹਨਾਂ ਦੀ ਸਰ ਦੀ ਸਕਰੀਨ ਤੇ ਵੀ ਆ ਰਿਹਾ, ਸਾਡੀ ਸਕਰੀਨ ਤੇ ਤੁਸੀਂ ਨੰਬਰ ਜਿਹੜਾ ਨੋਟ ਕਰ ਸਕਦੇ ਹੋ, ਉਸ ਤੇ ਕੰਟੈਕਟ ਕਰ ਸਕਦੇ ਹੋ WhatsApp ਦੇ ਜ਼ਰੀਏ, ਔਰ ਗੱਲ ਕਰ ਸਕਦੇ ਹੋ ਫਰਦਰ ਲੀਗਲ ਹੈਲਪ ਦੇ ਲਈ। ਨੰਬਰ ਹੈਗਾ 9999009039, ਸੋ ਇਹ ਨੰਬਰ ਤੁਸੀਂ ਨੋਟ ਕਰ ਲੈਣਾ। ਔਰ ਇਨ ਕੇਸ ਕਈ ਵਾਰ ਐਵੇਂ ਵੀ ਹੁੰਦਾ ਕਿ ਅਸੀਂ ਔਨ ਏਅਰ ਜਿਹੜਾ ਆਪਣੀ ਪ੍ਰੋਬਲਮ ਡਿਸਕਸ ਨਹੀਂ ਕਰ ਪਾਉਂਦੇ, ਸੋ ਤੁਸੀਂ ਇੰਡੀਆ ਦਾ ਜਿਹੜਾ ਨੰਬਰ ਹੈ ਨੋਟ ਕਰ ਲਓ, ਔਰ ਸ਼ੋਅ ਦੇ ਵਿੱਚ ਜੇਕਰ ਕਾਲ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ। ਗੱਲਬਾਤ ਅਸੀਂ ਪ੍ਰੋਪਰਟੀ ਡਿਸਪਿਊਟਸ ਦੀ ਕਰ ਰਹੇ ਹਾਂ, ਜਿਵੇਂ ਹੁਣ ਇਹਨਾਂ ਦੀ ਟੈਨਸ਼ਨ ਇਹ ਸੀਗੀ ਕਿ ਅਸੀਂ ਇੰਡੀਆ ਦੇ ਵਿੱਚ ਜ਼ਿਆਦਾ ਟਾਈਮ ਜਿਹੜਾ ਆ ਉਹ ਨਹੀਂ ਰਹਿ ਸਕਦੇ, ਇਸ ਕਰਕੇ ਜਿਹੜੇ ਸਾਡੇ ਪ੍ਰੋਪਰਟੀ ਦੇ ਡਿਸਪਿਊਟ ਨੇ ਬਹੁਤ ਜ਼ਿਆਦਾ ਲੰਬੇ ਚੱਲਦੇ ਨੇ, ਅਸੀਂ ਉਹਨਾਂ ਟਾਈਮ ਸਪੈਂਡ ਨਹੀਂ ਕਰ ਸਕਦੇ। ਇਸ ਕੇਸ ਦੇ ਵਿੱਚ ਕੀ ਸੋਲਿਊਸ਼ਨ ਹੋ ਸਕਦਾ? ਗੱਲਬਾਤ ਅੱਜ ਆਪਾਂ ਪ੍ਰੋਪਰਟੀ ਡਿਸਪਿਊਟਸ 'ਤੇ ਕਰ ਰਹੇ ਹਾਂ। ਮੇਰੇ ਸਵਾਲ ਦੇ ਜਵਾਬ ਤੋਂ ਪਹਿਲਾਂ ਆਪਾਂ ਇੱਕ ਕਾਲ ਲੈ ਲੈਂਦੇ ਹਾਂ ਜੀ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਮ ਕੌਣ ਬੋਲ ਰਹੇ ਹੋ ਅਤੇ ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੈਂ ਰਜਨੀ ਬੋਲ ਰਹੀ ਹਾਂ ਨਿਊਯਾਰਕ ਤੋਂ ਜੀ, ਤੇ ਮੇਰਾ ਸਵਾਲ ਆ ਕਰਨ ਜੀ ਵਾਸਤੇ ਮੈਂ ਉਹਨਾਂ ਨੂੰ ਕੁਛ ਪੁੱਛਣਾ ਚਾਹੁੰਦੀ ਹਾਂ। ਜੀ ਜੀ ਮੈਮ। ਹਾਂਜੀ, ਮੇਰੀ ਨਾ ਚੰਡੀਗੜ੍ਹ ਦੇ ਵਿੱਚ ਪ੍ਰੋਪਰਟੀ ਆ ਤੇ ਮੈਂ ਉਹਨੂੰ ਸੈਲ ਕਰਨਾ ਚਾਹੁੰਦੀ ਹਾਂ ਜੀ। ਮੈਂ ਆਪਣੀ ਸਿਸਟਰ ਨੂੰ ਉੱਥੇ ਦੇ ਕੇ ਆਈ ਹੈਗੀ ਹਾਂ ਪਾਵਰ ਆਫ ਅਟਰਨੀ, ਪਰ ਉਹ ਕਈ ਨੁਕਸ ਕੱਢੀ ਜਾਂਦੇ ਨੇ, ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ। ਹੁਣ ਇਸ ਟਾਈਮ ਮੈਂ ਤੇ ਇੰਡੀਆ ਜਾ ਨਹੀਂ ਸਕਦੀ ਜੀ, ਤੇ ਉਹਨਾਂ ਨੇ ਉਹ ਮਤਲਬ ਉਹ ਬਿਆਨਾ ਵਗੈਰਾ ਵੀ ਫੜਿਆ ਹੋਇਆ ਸਾਰਾ ਕੁਛ, ਤੇ ਹੁਣ ਇੱਥੋਂ ਕਿਹੜੇ ਲੀਗਲ ਪੇਪਰ ਆ ਮੈਮ ਮੈਨੂੰ ਭੇਜਣੇ ਜ਼ਰੂਰੀ ਹੈਗੇ, ਵੀ ਕਿੱਦਾਂ ਉਹਦਾ ਹੋ ਸਕਦਾ? ਮੈਂ ਪਾਵਰ ਆਫ ਅਟਰਨੀ ਭੇਜ ਚੁੱਕੀ, ਉਹ ਕਹਿੰਦੇ ਇਹ ਨਹੀਂ ਹੋਣਾ ਚਾਹੀਦਾ, ਇਹ ਪੇਜ ਦੇ ਵਿੱਚ ਆਇਆ ਹੈਗਾ। ਆਈ ਹੈਵ ਨੋ ਕਲੂ ਕਿ ਕਿਉਂ ਉਹ ਕਰ ਰਹੇ ਨੇ ਸਾਰੇ, ਜਦਕਿ ਮੈਂ ਸਾਰਾ ਇੱਥੋਂ ਭੇਜ ਚੁੱਕੀ ਹਾਂ ਪੇਪਰ ਵਰਕ ਉਹਨਾਂ ਨੂੰ। ਜੀ ਕੀ ਕਹਿਣਾ ਚਾਹੋਗੇ ਕਰਨ ਸਰ? ਮੈਮ ਕੁਛ ਵੀ ਕੋਈ ਕੰਪਲਿਕੇਟਿਡ ਡਾਕੂਮੈਂਟ ਨਹੀਂ ਹੈਗਾ, ਜਿਹੜੇ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ, ਇੱਕ ਇੰਡੀਆ ਤੇ US ਕੈਨੇਡਾ ਸਾਰੇ ਇੱਕ ਹੇਕ ਕਨਵੈਨਸ਼ਨ ਨੂੰ ਫੋਲੋ ਕਰਦੇ ਨੇ। ਤੁਸੀਂ ਜਿਹੜੀ ਵੀ ਪਾਵਰ ਆਫ ਅਟੋਰਨੀ ਉੱਥੇ ਬਣਾਈ ਹੈ ਉਹਨੂੰ ਨੋਟਰੀ ਤੋਂ, ਇੱਕ ਲੋਕਲ ਨੋਟਰੀ ਤੋਂ ਅਟੈਸਟ ਕਰਾ ਕੇ, ਉਸ ਤੋਂ ਬਾਅਦ ਉਹਨੂੰ ਸਕਾਈਪ ਦੇ ਥਰੂ ਕੀ ਕਹਿੰਦੇ ਨੇ ਆਪਣਾ ਇੱਕ ਨੋਟਰੀ ਨਾਲ ਅਟੈਸਟ ਕਰਾ ਕੇ ਅਪੋਸਟਾਈਲ ਕਰਾਉਣਾ, ਤੇ ਉਸ ਤੋਂ ਬਾਅਦ ਉਹ ਚੀਜ਼ ਹੋ ਜਾਂਦੀ ਹੈ, ਤੇ ਉੱਥੋਂ ਇੰਡੀਆ ਉਹਨੂੰ ਜੇ ਉਹਨੂੰ ਭੇਜ ਦਿਓਗੇ ਤੇ ਉਹ ਇੱਥੇ ਕੰਪਲੀਟਲੀ ਐਡਮਿਸੀਬਲ ਹੈਗੀ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਇਹਦੇ ਇਲਾਵਾ ਕੋਈ ਡਾਕੂਮੈਂਟ ਨਹੀਂ ਚਾਹੀਦਾ ਤੁਹਾਨੂੰ, ਨਾਰਮਲ ਇੱਕ ਪਾਵਰ ਆਫ ਅਟੋਰਨੀ ਦੀ ਦੇ ਥਰੂ ਸੇਲ ਕੀਤੀ ਜਾ ਸਕਦੀ ਹੈ ਪੂਰੀ। ਤੁਸੀਂ ਨੋਟਰੀ ਨੂੰ ਫੜ ਕੇ, ਤੇ ਇੱਕ ਅਪੋਸਟਾਈਲ ਦਾ ਪ੍ਰੋਸੈਸ ਹੈ, 3 ਦਿਨ ਦਾ ਪ੍ਰੋਸੈਸ ਹੁੰਦਾ ਜੀ, ਇੱਕ ਨੋਮੀਨਲ ਜੀ ਫੀ ਹੈਗੀ ਹੁੰਦੀ,
ਉੱਥੋਂ ਤੁਸੀਂ ਕਰਾ ਕੇ ਉਹਨੂੰ ਉਸ ਡਾਕੂਮੈਂਟ ਨੂੰ ਪੋਸਟ ਕਰਦੇ ਹੋ ਇੱਥੇ ਸੀਲਡ ਐਨਵਲਪ ਵਿੱਚ ਡਾਕੂਮੈਂਟ ਇੱਥੇ ਆਏਗਾ ਤੇ ਉਹਨੂੰ ਜਦ ਇੱਥੇ ਕਰਦੇ ਨੇ ਇੱਕ ਕਲੈਕਟਰ ਉੱਥੇ ਇੰਡੀਆ ਦਾ ਪ੍ਰੋਸੈਸ ਵੀ 3 ਦਿਨ ਦਾ ਪ੍ਰੋਸੈਸ ਹੈਗਾ ਕੋਈ ਪ੍ਰੋਬਲਮ ਨਹੀਂ ਉਹਦੇ ਕੋਈ ਨੁਕਸ ਨਹੀਂ ਕੱਢਿਆ ਜਾ ਸਕਦਾ ਤੇ ਪੂਰੇ ਗਵਰਨਮੈਂਟ ਦੀ ਤੇ ਕੋਰਟ ਦੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਉਹਨੂੰ ਐਕਸੈਪਟ ਐਡਮਿਸਿਬਲ ਹੈਗਾ ਸੇਲ ਕਰਨ ਲਈ ਅੱਗੇ ਤੇ ਇੰਡੀਅਨ ਐਮਬੈਸੀ ਦੇ ਵਿੱਚੋਂ ਤਾਂ ਮੈਨੂੰ ਕੁਝ ਨਹੀਂ ਕਰਾਉਣਾ ਪਏਗਾ ਨਾ ਤੁਸੀਂ ਇੰਡੀਅਨ ਸਿਟੀਜ਼ਨ ਹੈਗੇ ਹੋ ਜੀ ਜਾਂ ਕੀ ਕਹਿੰਦੇ ਸਿਟੀਜ਼ਨਸ਼ਿਪ ਤੁਹਾਡੀ ਕਿਹੜੀ ਹੈ ਮੈਂ ਅਮਰੀਕਨ ਸਿਟੀਜ਼ਨ ਹਾਂ ਪਰ ਮੇਰੇ ਕੋ ਉਹ ਨਹੀਂ ਤੁਹਾਨੂੰ ਇੰਡੀਅਨ ਐਮਬੈਸੀ ਨੂੰ ਅਪਰੋਚ ਕਰਨ ਦੀ ਲੋੜ ਨਹੀਂ ਉਹਨਾਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਤੁਹਾਡਾ ਜੇ ਤੁਹਾਡਾ ਯੂਐਸ ਪਾਸਪੋਰਟ ਹੈਗਾ ਜਾਂ ਕੈਨੇਡੀਅਨ ਪਾਸਪੋਰਟ ਹੈਗਾ ਯੂਐਸ ਪਾਸਪੋਰਟ ਹੈਗਾ ਤਾਂ ਮੈਨੂੰ ਇੰਡੀਅਨ ਐਮਬੈਸੀ ਚੋਂ ਵੀ ਕਰਾਉਣਾ ਪਏਗਾ ਬਿਲਕੁਲ ਬਿਲਕੁਲ ਕੁਝ ਵੀ ਨਹੀਂ ਕਰਾਉਣਾ ਪਏਗਾ ਜੀ ਇੱਕ ਲੋਕਲ ਨੋਟਰੀ ਨੂੰ ਤੁਸੀਂ ਇੱਥੇ ਅਪਰੋਚ ਕਰਨਾ ਤੇ ਪਲੱਸ ਉਹਦੇ ਬਾਅਦ ਤੁਸੀਂ ਗੂਗਲ ਕਰ ਸਕਦੇ ਹੋ ਜਾਂ ਤੁਸੀਂ ਸਾਡੀ ਸਰਵਿਸ ਚਾਹੋਗੇ ਅਸੀਂ ਕਰਵਾ ਦੇਵਾਂਗੇ ਇਹ ਪੋਸਟਲ ਕਰਾਉਣਾ ਹੁੰਦਾ ਡਾਕੂਮੈਂਟ ਨੂੰ ਉਹ ਪੋਸਟਲ ਕਰਾ ਕੇ ਤੁਸੀਂ ਇੰਡੀਆ ਵਿੱਚ ਪੋਸਟ ਕਰ ਦੇਣਾ ਉਹ ਡਾਕੂਮੈਂਟ ਜੋ ਵੀ ਤੁਹਾਡਾ ਰਿਲੇਟਿਵ ਹੈਗਾ ਜਾਂ ਪਾਵਰ ਆਫ ਅਟਾਰਨੀ ਹੋਲਡਰ ਹੈਗਾ ਚਲੋ ਮੈਂ ਤੁਸੀਂ ਚੰਡੀਗੜ੍ਹ ਦੇ ਵਿੱਚ ਹੈਗੇ ਹੋ ਮੈਂ ਕਰਵਾ ਕੇ ਮੈਂ ਤੁਹਾਡੇ ਨਾਲ ਮੈਂ ਨੰਬਰ ਤੁਹਾਡਾ ਲੈ ਲਿਆ ਸਕਰੀਨ ਤੇ ਤੁਹਾਨੂੰ ਪੇਪਰ ਭੇਜਾਂਗੀ ਤੇ ਤੁਸੀਂ ਚੈੱਕ ਕਰ ਲਿਓ ਵੀ ਸਾਰੇ ਠੀਕ ਨੇ ਜੋ ਵੀ ਤੁਹਾਡੀ ਫੀਸ ਹੈ ਮੈਂ ਤੁਹਾਨੂੰ ਬਿਲਕੁਲ ਮੈਮ ਉਹ ਟ੍ਰਾਂਸਫਰ ਕਰ ਦਿੰਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਰਜਨੀ ਮੈਮ ਕਾਲ ਕਰਨ ਦੇ ਲਈ ਐਂਡ ਇੰਡੀਆ ਦਾ ਨੰਬਰ ਜਿਹੜਾ ਹੈ ਇੱਕ ਵਾਰ ਮੈਂ ਫਿਰ ਜਿਹੜਾ ਦੁਹਰਾ ਦਿੰਦੀ ਹਾਂ 9999009339 ਤੁਸੀਂ ਇਸ ਨੰਬਰ ਦੇ ਜ਼ਰੀਏ ਐਡਵੋਕੇਟ ਕਰਨ ਐਸ ਠਕੁਰਾਲ ਜੀ ਦੇ ਨਾਲ ਰਾਬਤਾ ਕਰ ਸਕਦੇ ਹੋ ਔਰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੀਗਲ ਪ੍ਰੋਬਲਮ ਹੈ ਉਹਦਾ ਸੋਲਿਊਸ਼ਨ ਉਹਦੇ ਲਈ ਐਡਵਾਈਸ ਤੁਸੀਂ ਇਹਨਾਂ ਕੋਲੋਂ ਲੈ ਸਕਦੇ ਹੋ ਪ੍ਰੋਪਰਟੀ ਰਾਈਟਸ ਦੀ ਗੱਲ ਜਿਹੜੀ ਹੈ ਉਹ ਫਿਲਹਾਲ ਹੋ ਰਹੀ ਹੈ ਔਰ ਅਸੀਂ ਗੱਲ ਕਰ ਰਹੇ ਸੀ ਕਿ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਦਾਦਾ ਦਾਦੀ ਜਿਹੜੇ ਨੇ ਉਹ ਹੁੰਦੇ ਨੇ ਬੱਚੇ ਦੇ ਪੇਰੈਂਟਸ ਨਹੀਂ ਹੁੰਦੇ ਸੋ ਉਸ ਕੇਸ ਦੇ ਵਿੱਚ ਜਿਹੜੀ ਪ੍ਰੋਪਰਟੀ ਹੈ ਉਹ ਕਿਵੇਂ ਜਿਹੜੀ ਹੈ ਉਹ ਡਿਸਟ੍ਰੀਬਿਊਟ ਕੀਤੀ ਜਾ ਸਕਦੀ ਹੈ ਇਹ ਜੋ ਉਹਦੇ ਵਿੱਚ ਸੈਕੰਡ ਕਲਾਸ ਲੀਗਲ ਹੇਅਰਸ ਆ ਜਾਂਦੇ ਨੇ ਜੇ ਦਾਦਾ ਦਾਦੀ ਦੀ ਤੁਹਾਡੀ ਪ੍ਰੋਪਰਟੀ ਹੈਗੀ ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਫਾਦਰ ਮਦਰ ਨਹੀਂ ਹੈਗੇ ਤਾਂ ਨੈਕਸਟ ਜਨਰੇਸ਼ਨ ਤੇ ਉਹ ਸਿੱਧਾ ਡਿਵੋਲਵ ਅਪਨ ਹੋਏਗੀ ਤੇ ਜਿਹੜੇ ਗ੍ਰੈਂਡਸਨ ਗ੍ਰੈਂਡ ਡਾਟਰ ਹੈਗੇ ਉਹਨਾਂ ਦੇ ਇਕੁਅਲ ਸ਼ੇਅਰ ਵਿੱਚ ਉਹ ਡਿਵਾਈਡ ਕੀਤੀ ਜਾਏਗੀ ਐਜ਼ ਪਰ ਇੰਡੀਅਨ ਸਕਸੈਸ਼ਨ ਐਕਟ ਜੀ ਜੀ ਇੱਕ ਕਾਲ ਆਪਾਂ ਸਰ ਲੈ ਲੈਂਦੇ ਹਾਂ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਤੇ ਸਰ ਕੀ ਸਵਾਲ ਹੈ ਜੀ ਤੁਹਾਡਾ ਮੈਂ ਤਰਲੋਕ ਸਿੰਘ ਬੋਲ ਰਿਹਾ ਨਿਊਯਾਰਕ ਤੋਂ ਜੀ ਮੇਰਾ ਸਵਾਲ ਤੇ ਨਹੀਂ ਹੈ ਮੇਰਾ ਜਵਾਬ ਹੈਗਾ ਜੀ ਉਹ ਇਹ ਕਿ ਜੋ ਇਹਨਾਂ ਨੇ ਦੱਸਿਆ ਹੈ ਨਾ ਉਹ ਲੀਗਲੀ ਠੀਕ ਹੈ ਕਿ ਤੁਸੀਂ ਕਰ ਲਓ ਲੇਕਿਨ ਮੇਰਾ ਦਿੱਲੀ ਦਾ ਐਕਸਪੀਰੀਅੰਸ ਇਹ ਸੀਗਾ ਕਿ ਮੈਂ 3 ਵਾਰੀ ਡਿਫਰੈਂਟ ਫਾਰਮ ਭਰ ਕੇ ਗਏ ਸਾਰੇ ਅਸੀਂ ਉੱਥੇ ਸੀਗੇ ਤੇ ਉਸਦੇ ਬਾਵਜੂਦ ਉਹ ਨੁਕਸ ਕੱਢੀ ਜਾਂਦਾ ਸੀ ਅਖੀਰ ਚ ਮੈਂ ਪਾਵਰ ਆਫ ਅਟਾਰਨੀ ਦੇ ਕੇ ਆਇਆ ਆਪਣੇ ਜੀਜੇ ਨੂੰ ਤੇ ਉਹਨੇ ਫਿਰ ਜਾ ਕੇ ਪੈਸੇ ਚੜਾਏ ਤੇ ਤਦ ਜਾ ਕੇ ਉਹ ਬੈਂਕ ਅਕਾਊਂਟ ਚੋਂ ਪੈਸੇ ਮਿਲੇ ਮਤਲਬ ਹੁਣ ਜ਼ਮੀਨ ਦੇ ਬਾਰੇ ਮੈਨੂੰ ਨਹੀਂ ਪਤਾ ਕੀ ਹੈ ਲੇਕਿਨ ਉੱਥੇ ਵੱਡੀ ਦੇ ਬਗੈਰ ਕੋਈ ਕੰਮ ਨਹੀਂ ਹੋ ਸਕਦਾ ਥੈਂਕ ਯੂ ਜੀ ਓਕੇ ਜੀ ਓਕੇ ਸਰ ਥੈਂਕ ਯੂ ਸੋ ਮਚ ਕਾਲ ਕਰਨ ਲਈ ਔਰ ਜੇਕਰ ਤੁਹਾਨੂੰ ਫਿਲਹਾਲ ਵੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਸਰ ਤੁਸੀਂ ਕਰਨ ਐਸ ਠਕਰਾਲ ਜੀ ਦੇ ਨਾਲ ਰਾਬਤਾ ਕਰ ਸਕਦੇ ਹੋ ਔਰ ਤੁਹਾਡੀ ਜਿਹੜੀ ਪ੍ਰੋਬਲਮ ਉਹਦਾ ਡੈਫੀਨੇਟਲੀ ਸੋਲਿਊਸ਼ਨ ਹੋਊਗਾ ਸਰ ਤੁਸੀਂ ਇਸ ਗੱਲ ਦਾ ਆਸ਼ਵਾਸਨ ਦਿੰਦੇ ਹੋ ਬਿਲਕੁਲ ਬਿਲਕੁਲ ਤੁਹਾਨੂੰ ਬਿਲਕੁਲ ਜੋ ਫਸਟ ਕਲਾਸ ਸਰਵਿਸ ਮਿਲੇਗੀ ਜੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਜੋ ਲੀਗਲ ਅਸਿਸਟੈਂਸ ਹੋ ਸਕਦੀ ਮਿਲੇਗੀ ਕਈ ਵਾਰ ਐਵੇਂ ਹੁੰਦਾ ਕਿ ਜਿਹੜਾ ਬੈਡ ਐਕਸਪੀਰੀਅੰਸ ਹੁੰਦਾ ਨਾ ਇਨਸਾਨ ਦਾ ਉਹਨੂੰ ਕਦੇ ਗੁੱਡ ਐਕਸਪੀਰੀਅੰਸ ਨਹੀਂ ਲੈਣ ਦਿੰਦਾ ਇੱਥੇ ਇਹ ਚੀਜ਼ ਬਹੁਤ ਕਾਮਨ ਹੈਗੀ ਮਿਸਗਾਈਡੈਂਸ ਤੇ ਜਿਹੜੀ ਟ੍ਰਾਂਸਪੇਰੈਂਸੀ ਉਹ ਮੇਨਟੇਨ ਨਹੀਂ ਕਰਦੇ ਲਾਇਰਸ ਵੀ ਜੀ ਜੀ ਤੇ ਇਸ ਕਰਕੇ ਬਟ ਐਦਾਂ ਦੀ ਕੋਈ ਸਾਡੇ ਨਾਲ ਕੋਈ ਪ੍ਰੋਬਲਮ ਕਿਸੇ ਕਲਾਇੰਟ ਨੂੰ ਨਹੀਂ ਫੇਸ ਕਰੇਗਾ ਜੀ ਜੀ ਆਪਾਂ ਗੱਲ ਕਰ ਰਹੇ ਸੀ ਕਿ ਇਨ ਕੇਸ ਗ੍ਰੈਂਡ ਪੇਰੈਂਟਸ ਜਿਹੜੇ ਨੇ ਉਹ ਹੈਗੇ ਨੇ ਪੇਰੈਂਟਸ ਨਹੀਂ ਹੁੰਦੇ ਉਸ ਕੇਸ ਦੇ ਵਿੱਚ ਇੱਕ ਹੁੰਦੀ ਹੈ ਅਨਸੈਸਟਰਲ ਪ੍ਰੋਪਰਟੀ ਤੇ ਇੱਕ ਹੁੰਦੀ ਹੈ ਪੇਰੈਂਟਸ ਦੀ ਆਪਣੀ ਪ੍ਰੋਪਰਟੀ ਅਨਸੈਸਟਰਲ ਪ੍ਰੋਪਰਟੀ ਦੇ ਵਿੱਚ ਮੰਨ ਲਓ ਕਿ ਜਿਹੜੇ ਦਾਦਾ ਦਾਦੀ ਆ ਉਹਨਾਂ ਦੇ ਦੋ ਸਨ ਹੈਗੇ ਨੇ ਰਾਈਟ ਤੇ ਜਿਹੜਾ ਇੱਕ ਜਿਹੜੇ ਗ੍ਰੈਂਡ ਚਿਲਡਰਨਸ ਨੇ ਉਹਨਾਂ ਦੇ ਪੇਰੈਂਟਸ ਨਹੀਂ ਹੈਗੇ ਤੇ ਉਸ ਪ੍ਰੋਪਰਟੀ ਦੇ ਡਿਸਪਿਊਟ ਨੂੰ ਕਿਵੇਂ ਸੋਲਵ ਕੀਤਾ ਜਾ ਸਕਦਾ ਦੇਖੋ ਜੀ ਇਨਸੈਸਟਰਲ ਪ੍ਰੋਪਰਟੀ ਫਸਟ ਆਫ ਆਲ ਥਰਡ ਜਨਰੇਸ਼ਨ ਤਿੰਨ ਜਨਰੇਸ਼ਨ ਜਦ ਵਿੱਚ ਆ ਜਾਂਦੀਆਂ ਨੇ ਤਾਂ ਇਨਸੈਸਟਰਲ ਪ੍ਰੋਪਰਟੀ ਉਹ ਮੰਨੀ ਜਾਂਦੀ ਹੈ ਅਦਰਵਾਈਜ਼ ਉਹ ਇੱਕ ਨੋਮੀਨਲ ਪ੍ਰੋਪਰਟੀ ਪਾਰਸਨਰੀ ਲਾਅ ਉਹਦੇ ਤੇ ਐਪਲੀਕੇਬਲ ਨਹੀਂ ਹੁੰਦਾ ਜੇ ਇਨਸੈਸਟਰਲ ਪ੍ਰੋਪਰਟੀ ਹੈਗੀ ਤਿੰਨ ਜਨਰੇਸ਼ਨ ਉੱਤੇ ਤੋਂ ਚੱਲਦੀ ਆ ਰਹੀ ਹੈ ਤੇ ਤਾਂ ਵੀ ਉਹਦੇ ਵਿੱਚ ਜਿਹੜੇ ਵੀ ਜਿਹਨੇ ਲੀਗਲ ਹੇਅਰਸ ਹੈਗੇ ਫਸਟ ਕਲਾਸ ਲੀਗਲ ਹੇਅਰਸ ਹੈਗੇ ਸੈਕੰਡ ਕਲਾਸ ਲੀਗਲ ਹੇਅਰਸ ਹੈਗੇ ਇਕੁਅਲ ਸ਼ੇਅਰਸ ਹੋਲਡਰ ਵਿੱਚ ਡਿਵਾਈਡ ਹੋਣਗੇ ਤੇ ਜੇ ਕੋਈ ਪ੍ਰੋਪਰਟੀ ਹੈਗੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਹੈਗੀ ਐਗਰੀਕਲਚਰਲ ਪ੍ਰੋਪਰਟੀ ਦੋਨਾਂ ਵਿੱਚ ਇੱਕ ਸੂਟ ਫੋਰ ਪਾਰਟੀਸ਼ਨ ਪਾ ਕੇ ਆਪਣੀ ਪ੍ਰੋਪਰਟੀ ਨੂੰ ਮੀਟਸ ਐਂਡ ਬਾਉਂਡਸ ਨਾਲ ਡਿਵਾਈਡ ਕੀਤਾ ਜਾ ਸਕਦਾ ਤੇ ਪਾਰਟੀ ਆਪਣਾ ਸ਼ੇਅਰ ਲਿੱਤਾ ਜਾ ਸਕਦਾ ਜੀ ਜੀ ਉਹਦੇ ਵਿੱਚ ਕੁਝ ਇਸ਼ੂ
जी इसी तरह सर अपने पंजाब दे विच एक गिफ्ट करन दा भी बहुत ज़्यादा ट्रेंड हैगा कई बार असी बच्चों नू प्लॉट जिहड़े ने गिफ्ट कर देने फ्लैट्स गिफ्ट कर देने इस केस दे विच कोई कंडीशन भी हुंदी है एज की कंडीशन हुंदी है कि कितनी एज तक जिहड़ा उह गिफ्ट किया जा सकता है किस एज के बच्चे नू गिफ्ट किया जा सकता है या फिर कई बार एवें एग्रीकल्चरल लैंड नू गिफ्ट करन दे लई की रूल्स रेगुलेशनस ने या जिहड़ा फार्म्स की गल करदे आ फार्म हाउस नू गिफ्ट करना होवे ते की रूल्स ने नहीं उन्दे विच कोई स्पेसिफिकली कोई कैटेगराइजेशन डिफरेंट नहीं है जी जे कोई गिफ्ट किया जा रहा है उन्दे ते कोई फर्स्ट ऑफ ऑल एज की कोई लिमिटेशन नहीं है तुसी किसी नूं भी गिफ्ट कर सकते हो या तुहाडी कोई भी एज है कि तुसी गिफ्ट कर सकते हो बल्कि इहदे विच जिहड़े डिस्प्यूट्स ज्यादा देखे जाते हैं कि भाई कई बार पेरेंट्स जिहड़े हैगे अपने बच्चों नूं गिफ्ट कर देंदे ने प्रॉपर्टी ते उन्हों बाद विच ओह रिग्रेट करते हैं कि भाई असीं गिफ्ट नहीं करना चाहिदा सी ते दे वांट टू क्लेम इट बैक अपने बच्चे नू ये या किसी होर नू प्रॉपर्टी गिफ्ट कीती है या किसी भी होर तरीके नाल ट्रांसफर कीती है इस ट्रस्ट विच कि वह बच्चा या बंदा रिलेटिव मेरी टेक केयर करेगा उस चीज नू वो रीक्लेम कर सकता है जे वो टेक केयर नहीं कर रहा है या मेंटेनेंस नहीं प्रोवाइड कर रहा है फादर ज्यादातर देखा जा रहा है कि अपने बेटे नू प्रॉपर्टी गिफ्ट कर देंगे ने ट्रांसफर कर देंगे ने रिलिंकिश कर देंगे ने पर उस चीज नू भी ट्रिब्यूनल जिहड़ा है नल एंड वॉइड डिक्लेयर कर देता है इस ग्राउंड ते कि भाई वह बच्चा अपने पेरेंट नू या फादर नू मेंटेन नहीं कर रहा जी 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 ये जी सिचुएशन है बहुत ज़्यादा क्रिटिकल भी हैगी बिकॉज ये करंट सिचुएशन प्रवेलिंग हैगी है बहुत सारे जिहड़े इलाके ने ईवन सिर्फ पंजाब दे नहीं इंडिया दे भी और कई बार एवें हुंदा है कि जिहड़े बच्चे ने वो फॉरन दे विच हुंदे ने पेरेंट्स इधर हुंदे ने प्रॉपर्टी मे बी हो चुकी है जिहड़ी है एक दूसरे दे नाम हो चुकी है बट फिर भी जदों पेरेंट्स नूं इंज लगता है कि जब साडे बच्चे ने वो इधर आ जाण और साडी टेक केयर करन पर वो पॉसिबल नहीं हुंदा प्रैक्टिकली पर की इस केस दे विच फिर वो अपनी प्रॉपर्टी अपने नाम वापस कर सकते जे बच्चे नाल नहीं रह रहे बाहर रह रहे ने बिल्कुल 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 जे उन्होंने इस कंडीशन से ट्रांसफर की थी कि भी वो मेरी टेक केयर करेगा या मेंटेन करेगा मैनू ते वो चीज जेड़ा सिबलिंग जेड़ा सन हैगा या बेटा हैगा या बेटी हैगी वो नहीं कर पा रहा रिलेटिव हैगा नहीं कर पा रहा उन्हों बिल्कुल अपनी प्रॉपर्टी नू क्लेम बैक किया जा सकता है जी ट्रिब्यूनल और सेल नू या ट्रांसफर नू नल एंड वॉइड डिक्लेयर कर देगा इमीडिएटली जी जी आपां जांदे जांदे एक होर कॉल ले लिए जी हेलो 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 हाँ जी सत श्री अकाल जी सर कौन बोल रहे हो ते की सवाल है जी तुहाडा हाँ जी सत श्री अकाल मैडम जी सवाल मैडम जी हैगा कि अपने साडे फादर साहब जी इंडिया ने जी ते ग्रीन कार्ड होल्डर ते आपां हुण सिटीजन इत्थे दे आंदे प्रॉपर्टी इतना साडे नाम ते हो जाएगी जी की हैगा मैम इहना दा सवाल है कि पेरेंट्स जिहड़े ने ओ इंडिया ने पर ग्रीन कार्ड होल्डर ने और ए उथों दे सिटीजन है सर केड़ी जगह दे सिटीजन हैगे ओ तुसी यूएसए तो यूएसए तो ते प्रॉपर्टी अपने नाम करवाना चाहंदे ने पॉसिबल है बच्चे मतलब अपने नाम ते कराना चाहंदे ने अपने पेरेंट्स तो जी बिल्कुल हो जाएगी जी उंदे कोई रिस्ट्रिक्शन नहीं हैगी जे ओ गिफ्ट करना चाहन गिफ्ट कर सकदे ने जे कोई होर तरीके नाल ट्रांसफर करना चाहन प्रॉपर सेल करना चाहन सेल भी कर सकदे ने रिलिंकिश करना चाहन रिलिंकिश कर देना बड़ा ही इजी मेथड हैगा उंदे कोई कॉम्प्लिकेशन नहीं है बल्कि आन दी भी जे एक पार्टी जे तुसी आप नहीं आ सकते बच्चे आप नहीं आ सकते ने प्रॉपर्टी में ਤਾਂ ਵੀ ਉਹ ਚੀਜ਼ ਪੋਸੀਬਲ ਹੈਗੀ ਪਾਵਰ ਆਫ ਅਟਾਰਨੀ ਦੇ ਥਰੂ ਜੀ ਸਰ ਇਹਨਾਂ ਦਾ ਸਵਾਲ ਅਗਲਾ ਇਹ ਹੈਗਾ ਕਿ ਕੀ ਇਹਨਾਂ ਨੂੰ ਓਸੀਆਈ ਕਾਰਡ ਦੀ ਰਿਕੁਆਇਰਮੈਂਟ ਹੈ ਉਹਦੇ ਲਈ ਨਹੀਂ ਉਹ ਸਪੈਸਿਫਿਕ ਚੀਜ਼ ਲਈ ਇਸ ਟ੍ਰਾਂਸਫਰ ਲਈ ਕਦੇ ਵੀ ਓਸੀਆਈ ਕਾਰਡ ਦੀ ਰਿਕੁਆਇਰਮੈਂਟ ਨਹੀਂ ਜੀ ਓਸੀਆਈ ਕਾਰਡ ਇਸ ਸਪੈਸਿਫਿਕਲੀ ਕਿ ਤੁਸੀਂ ਇੰਡੀਆ ਵਿੱਚ ਟਰੈਵਲ ਫ੍ਰੀਲੀ ਕਰ ਸਕੋ ਤੁਹਾਨੂੰ ਬਾਰ ਬਾਰ ਜਾ ਕੇ ਉਹਨੂੰ ਰਜਿਸਟ੍ਰੇਸ਼ਨ ਕਰਾਉਣ ਲਈ ਉਹਨੂੰ ਤੁਹਾਨੂੰ ਫ੍ਰੀ ਰਾਈਡ ਮਿਲ ਜਾਂਦਾ ਹੋਰ ਇਸ ਤੋਂ ਇਲਾਵਾ ਕੋਈ ਉਹਦੇ ਕੋਈ ਕੋਈ ਬੈਨੀਫਿਟ ਨਹੀਂ ਹੈਗਾ ਜ਼ਿਆਦਾ ਜੀ 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 ਥੈਂਕ ਯੂ ਠੀਕ ਹੈ ਹਾਂਜੀ ਮੈਡਮ थैंक यू सो मच कॉल करन दे लई बहुत बहुत शुक्रिया जी एंड जेकर तुसी एडवोकेट करन एस ठकराल जी दे नाल डायरेक्टली गल करना चाहुंदे हो एक बारी फिर मैं स्क्रीन ते दित्ता होया नंबर जिहड़ा है ओह तुहाडे लई रिपीट कर रही हां जी 9999009339 इस नंबर दे जरिए तुसी व्हाट्सएप दे जरिए कॉल कर सकदे हो एंड करन सर अज दा जिहड़ा अपना वक्त सी पता ही नहीं लग्गिया गल्लां गल्लां दे विच कदों मैनूं ऐ लग रहा कि थोड़ा पै गया है सो इस उम्मीद दे नाल कि तुहाडे नाल अगले मंगलवार फिर मुलाकात होएगी ਅੱਜ ਦੇ ਸਿਲਸਿਲੇ 'ਚ ਸਾਡੇ ਨਾਲ ਜੁੜਨ ਦੇ ਲਈ ਅੱਜ ਦੇ ਸਵਾਲਾਂ ਜਵਾਬਾਂ ਦੇ ਸਿਲਸਿਲੇ 'ਚ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਐਂਡ ਜੇਕਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਸਰ ਮੋਸਟ ਵੈਲਕਮ ਨਹੀਂ ਬਿਲਕੁਲ ਥੈਂਕ ਯੂ ਜੀ ਬਿਲਕੁਲ ਜੋ ਵੀ ਅਸੀਂ ਅਸਿਸਟੈਂਸ ਪ੍ਰੋਵਾਈਡ ਕਰ ਸਕਦੇ ਹਾਂ ਬਿਲਕੁਲ ਮੋਸਟ ਵੈਲਕਮ ਕੋਈ ਵੀ ਹੈਸਿਟੇਸ਼ਨ ਨਾ ਕਰਨ ਸਿੱਧਾ ਕੰਟੈਕਟ ਕਰਨ ਦੇ ਵਿੱਚ ਫੀਲ ਫਰੀ
जी थैंक यू सो मच करण सर, एक बार फिर बहुत बहुत शुक्रिया थोड़ा। एंड आज दे डेली डोज दे विच जिहड़ा अज दा सफर सी थोड़े नाल आया इन्ना ही सी, आपां फिर मिलते हैं जी दोबारा कल। बहुत बहुत शुक्रिया साथ देण दे लई ते इसे तरह ही साथ जिहड़ा बनिया रहेगा। फिलहाल मैं अवरिंदर कौर ते मेरे नाल करण सर, असीं दोनों लै रहे हैं इजाजत। सत श्री अकाल जी। सत श्री अकाल, थैंक यू।